ਲੋ ਸਭ ਤੋਂ ਪਹਿਲਾਂ ਧਰਮ ਗੀਤ, ਜੋ ਕੁਲ ਦਾ ਮਾਲਕ ਆ ਕੁਲ ਦਾ ਪਾਲਣ ਹਾਰਾ, ਉਹਨਾਂ ਦੇ ਘਰ ਦਾ ਧਰਮ ਗੀਤ ਪੇਸ਼ ਕਰਨ ਲੱਗੇ ਹਾਂ। ਤੂੰ ਮੇਰਾ ਰੱਖਾ ਸਭ ਨੀ ਥਾਈ, ਬਚਾਈ ਤੂੰ ਮੇਰਾ ਰਾਖਾ ਸਗਲੀ ਤਾਈ, ਤੂੰ ਮੇਰਾ ਰਾਖਾ ਸਗਲੀ ਤਾਈ। ਜੇਕਰ ਤੂੰ ਪੱਥਰਾਂ ਨੂੰ ਸਾਗਰ ਦੇ ਉੱਤੇ ਤਾਰ ਦਵੇਂ, ਤੂੰ ਹੈ ਮਾਲਕ ਡੁੱਬ ਜਾ ਮੇਰਾ ਤਾਰ ਦੇ ਮੇਰੇ ਆਪਣੀ ਮੇਰੇ ਆਗਣ ਸਾ।
ਕਰੀ ਮੇਰੇ ਹੋਰ ਸਾਈਆ ਆਪੇ ਲਾਜ ਬਚਾਈ ਤੂੰ ਮੇਰਾ ਰਾਖਾ ਪੰਜਾਬ ਦੇ ਜਾਣਦਾ ਨੀ ਸੀ ਕੋਈ ਤੇਰੀ ਰਹਿਮਤ ਹੋਈ ਬਚਨ ਤੇ ਤੇਰੀ ਰਹਿਮਤ ਹੋਈ ਹੁੰਦਾ ਸਾਨੂੰ ਵਿੱਚ ਪੰਜਾਬ ਦੇ ਆਖਰੀ ਮੇਰੇ ਹੋ ਸਾਈਆਂ ਆਖਰੀ ਮੇਰੇ ਹੋ ਸਾਈਆਂ ਸਭ ਦੀ ਲਾਜ ਬਚਾਈ ਲਓ ਜੀ ਇਹ ਸੀ ਧਾਰਮਿਕ ਗੀਤ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਓ ਹੁਣ ਤੁਹਾਡੇ ਸਾਹਮਣੇ ਇੱਕ ਸੂਫੀਆਨਾ ਸੌਂਗ ਚਿਤਰਾਲ ਦੀ ਆਦਮ ਡਾਂਸ ਤੁਹਾਡੇ ਰੂਹ
ਹੈਲੋ ਲਓ ਜੀ, ਪਹਿਲਾਂ ਸੀ ਧਾਰਮਿਕ ਗੀਤ ਰਾਹੀਂ ਹਾਜ਼ਰੀ, ਉਸ ਤੋਂ ਬਾਅਦ ਸੂਫੀਆਂ ਦਾ ਸੌਂਗ, ਹੁਣ ਜਿਸ ਕੰਮ ਦੇ ਨਾਂ ਦੇ ਨਾਲ ਸਾਨੂੰ ਜਾਣਿਆ ਜਾਂਦਾ ਵੀ ਕਨੌਰ ਵਾਲੇ ਨਕਲੀਏ, ਕਨੌਰ ਵਾਲੇ ਨਕਲੀਏ, ਲਓ ਤੁਹਾਡੇ ਸਾਹਮਣੇ ਨਕਲ ਦੀ ਆਈਟਮ ਪੇਸ਼ ਹੈ, ਜਰਾ ਗੌਰ ਫਰਮਾਇਓ। ਇਹ ਭਾਈ ਸਾਹਿਬ ਆ ਗਏ ਜੀ, ਆ ਗਏ, ਆ ਜਾਓ ਆ ਜਾਓ ਆ ਜਾਓ ਮਹਾਰਾਜ ਆ ਜਾਓ। ਹਾਂਜੀ ਕਾਕਾ ਜੀ, ਦੱਸੋ ਕੀ ਗੱਲ ਆ ਭਾਈ ਸਾਹਿਬ? ਆ ਤੁਸੀਂ 8-10 ਬੰਦੇ ਇਕੱਠੇ ਹੋ ਗਏ ਹੋ, ਵੀ ਤੁਸੀਂ ਕੌਣ ਲੋਕ? ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਹਾਂ ਤੇ ਹੁਣ ਵੀ ਦੱਸਣ ਲੱਗੇ ਆ ਜੀ, ਸਾਨੂੰ ਲੋਕ ਨਕਲੀਏ ਕਹਿੰਦੇ ਆ, ਨਕਲੀਏ। ਅੱਛਾ, ਵੀ ਕਨੌਰ ਵਾਲੇ ਨਕਲੀਏ ਤੁਸੀਂ ਹੋ? ਜੀ ਹਾਂ ਅਸੀਂ ਆ। ਭਾਈ ਸਾਹਿਬ ਪਹਿਲਾਂ ਨੰਬਰ ਤੇ ਦੱਸੋ ਵੀ ਨਕਲ ਕਿਹੜੀ ਚੀਜ਼ ਨੂੰ ਕਿਹਾ ਜਾਂਦਾ? ਨਕਲ ਉਸ ਚੀਜ਼ ਨੂੰ ਕਹਿੰਦੇ ਆ ਜਿਹੜੀ ਚੀਜ਼ ਬਣ ਕੇ ਫੁੱਟ ਜਾਵੇ, ਜਿਹੜੀ ਚੀਜ਼ ਖਤਮ ਹੋ ਜਾਵੇ ਜੀ, ਉਸ ਨੂੰ ਨਕਲ ਕਹਿੰਦੇ ਆ। ਅਸਲ ਹੈ ਜੋ ਪਰਮਾਤਮਾ ਦੀ, ਵਾਹਿਗੁਰੂ ਦੀ, ਅਕਾਲ ਪੁਰਖ ਦੀ ਜਾਤ ਆ, ਜਿਹਨੇ ਸਦਾ ਵਾਸਤੇ ਕਾਇਮ ਰਹਿਣਾ। ਹਾਂਜੀ, ਅਸੀਂ ਇਕੱਲੇ ਨਕਲੀਏ ਨਹੀਂ, ਇਹ ਸਾਰਾ ਸੰਸਾਰ ਨਕਲ ਆ, ਜਿਹਨੇ ਹੋ ਕੇ ਮਿਟਣਾ। ਇਹ ਵੀ ਗੱਲ ਸਹੀ ਆ ਵੀ ਤੇਰੀ। ਹਾਂਜੀ ਕਾਕਾ। ਹਾਂਜੀ, ਮੈਨੂੰ ਇੱਕ ਭਰਮ ਪਿਆ ਗਿਆ। ਤੁਹਾਨੂੰ ਭਰਮ ਪੈ ਗਿਆ? ਮੈਂ ਵੱਡੇ ਵੱਡੇ ਵਿਦਵਾਨਾਂ ਨੂੰ ਮਿਲਿਆ, ਹਾਂਜੀ, ਬੜੇ ਬੜੇ ਪੜ੍ਹੇ ਲਿਖਿਆ ਨੂੰ ਮਿਲਿਆ ਜੀ, ਮੇਰਾ ਮਸਲਾ ਹੱਲ ਨਹੀਂ ਹੋਇਆ। ਫਿਰ ਮੈਨੂੰ ਪਤਾ ਲੱਗਿਆ ਜੇ ਕੋਈ ਨਕਲੀਆ ਮਿਲੂ ਉਹ ਜਵਾਬ ਦੇਊ, ਇਸ ਕਰਕੇ ਮੈਂ ਤੁਹਾਡੇ ਕੋਲ ਆਇਆ। ਭਾਈ ਸਾਹਿਬ ਸਾਨੂੰ ਵੀ ਗੁਰੂਆਂ ਪੀਰਾਂ ਦੀ ਥਾਪਨਾ, ਕਿਹੜਾ ਤੁਹਾਡਾ ਮਸਲਾ ਜਿਹੜਾ ਕਿਸੇ ਦੁਹਾਲੀ ਨੂੰ ਸ਼ਾਇਦ ਅਸੀਂ ਹੱਲ ਕਰ ਦਈਏ? ਗੱਲ ਬਹੁਤ ਛੋਟੀ ਆ, ਹਾਂਜੀ, ਜੇ ਵਧਾ ਲਈਏ ਬਹੁਤ ਵੱਡੀ ਆ। ਗੱਲ ਬਹੁਤ ਛੋਟੀ ਜੀ ਆ, ਜੇ ਵਧਾ ਲਈਏ ਤਾਂ ਬਹੁਤ ਬੜੀ ਆ। ਕਿਹੜੀ ਗੱਲ ਆ? ਗੱਲ ਮੈਂ ਤੇਰੇ ਤੋਂ ਇਹ ਪੁੱਛਦਾ ਵੀ ਆਹ ਜਿਹੜੀ ਦੁਨੀਆ ਇਹ ਕਿਹਨੇ ਬਣਾਈ? ਵੀ ਆਹ ਦੁਨੀਆ ਕਿਹਨੇ ਬਣਾਈ ਆ? ਕਿਉਂ ਬਣ ਗਈ ਯਾਰ, ਕੀ ਲੋੜ ਸੀ? ਬਿਨਾਂ ਲੋੜ ਤੋਂ ਹੀ ਬਣ ਗਈ ਦੁਨੀਆ। ਦੇਖ, ਬੱਸਾਂ 'ਚ ਚੜ੍ਹਨ ਨੂੰ ਥਾਂ ਨਹੀਂ, ਹਾਂਜੀ, ਬਾਜ਼ਾਰਾਂ 'ਚ ਫਿਰਨ ਨੂੰ ਥਾਂ ਨਹੀਂ, ਹਾਂਜੀ, ਦੁਕਾਨਾਂ 'ਤੇ ਖੜਨ ਨੂੰ ਥਾਂ ਨਹੀਂ, ਹਾਂਜੀ, ਦੋ ਘੜੀ ਕੀ ਪੁੱਛਦਾ? ਹਾਂਜੀ, ਸਾਡੇ ਗਰੀਬਾਂ ਦੇ ਘਰੇ, ਹਾਂਜੀ, ਨਿਆਣੇ ਧਰਨ ਨੂੰ ਵੀ ਥਾਂ ਨਹੀਂ। ਉਹ ਦਾਣੇ ਕਹਿ ਵੀ ਦਾਣੇ ਧਰਨ ਨੂੰ ਥਾਂ ਨਹੀਂ, ਦਾਣੇ ਨਾਲੇ ਕਹਿੰਦੇ ਬਾਦਲ ਸਾਹਿਬ ਵਾਲੀ ਕਣਕ ਮਿਲਣੋਂ ਹਟ ਗਈ। ਭਾਈ ਸਾਹਿਬ ਆਹ ਦੁਨੀਆ ਪੁੱਛਦੇ ਵੀ ਆਪਣੇ ਪੰਡਾਲ ਦੇ ਵਿੱਚ ਬੈਠੀ ਆ, ਤੇ ਤੂੰ ਇਹ ਦੁਨੀਆ ਨਹੀਂ ਪੁੱਛਦਾ? ਹਾਂਜੀ, ਯਾ ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਸੰਗਰੂਰ, ਪੰਜਾਬ, ਹਿੰਦੁਸਤਾਨ ਦੀ ਦੁਨੀਆ ਨਹੀਂ ਪੁੱਛਦਾ? ਹਾਂਜੀ ਹਾਂਜੀ, ਜਿੱਥੋਂ ਤੇ ਸੂਰਜ ਚੜ੍ਹਦਾ ਔਰ ਛਿਪਦਾ ਉੱਥੇ ਤੱਕਰ ਦੀ ਦੁਨੀਆ ਪੁੱਛਦਾ ਵੀ ਕਿਹਨੇ ਬਣਾਈ ਆ। ਭਾਈ ਸਾਹਿਬ ਪਹਿਲੇ ਨੰਬਰ ਤੇ ਮੈਨੂੰ ਇਹ ਦੱਸੋ ਵਾਹਿਗੁਰੂ ਦਾ ਮਹਿਮਾ ਜਾਣਦੇ ਹੋ? ਵਾਹਿਗੁਰੂ ਦਾ ਮਹਿਮਾ ਇਹ ਆ, ਸਭ ਦਾ ਗੁਰੂ ਰਾਮ। ਆਰਾਮ ਕਹਿੰਦੇ ਨੇ ਰੋਮ ਰੋਮ ਦੇ ਵਿੱਚ ਬਰਾਜਮਾਨ, ਕਿਵੇਂ ਬੰਦਾ 10 ਮੀਲ ਤੋਂ ਆ ਜਾਵੇ, ਹਾਂਜੀ, 20 ਮੀਲ ਤੋਂ ਆਵੇ, ਆਉਂਦੇ ਨੂੰ ਪੀਣ ਨੂੰ ਪਾਣੀ ਮਿਲ ਜਾਵੇ, ਬੈਠਣ ਨੂੰ ਮੰਜਾ ਮਿਲ ਜਾਵੇ, ਪੱਖੇ ਦੀ ਹਵਾ ਮਿਲ ਜਾਵੇ, ਬਹਿ ਕੇ ਕਹਿੰਦਾ ਹਾ 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 ਰਾਮ ਆ। ਇੱਕ ਮੁਸਲਮਾਨ ਅੱਲਾ ਕਹਿੰਦੇ ਆ, ਅੱਲਾ ਅਨਮੋਲ। ਜਦ ਤੈਨੂੰ ਇਹ ਗੱਲਾਂ ਦਾ ਪਤਾ, ਫਿਰ ਤੁਹਾਨੂੰ ਇਹ ਨੀ ਪਤਾ ਵੀ ਉਹ ਦੁਨੀਆ ਕਿਹਨੇ ਬਣਾਈ ਆ? ਨਾ ਬਈ, ਮੈਨੂੰ ਨੀ ਪਤਾ। ਭਾਈ ਸਾਹਿਬ ਇਹ ਸਾਰੀ ਦੁਨੀਆ ਰੱਬ ਨੇ ਬਣਾਈ ਆ। ਕਿਉਂ ਕਾਕਾ? ਰੱਬ ਕਿਵੇਂ? ਰੱਬ ਇੱਕ। ਲੈ ਤੇਰੀ ਇਹੀ ਗੱਲ ਝੂਠੀ ਆ। ਕਿਉਂ? ਇਕੱਲੇ ਰੱਬ ਤੋਂ ਇੰਨੇ ਉਈ ਨੀ ਬਣਦੇ।
ਓਏ ਵਾਹਿਗੁਰੂ ਦੇ, ਅੱਛਾ ਵਾਹਿਗੁਰੂ ਦੇ, ਭਗਵਾਨ ਦੇ, ਭਗਵਾਨ ਦੇ, ਈਸ਼ਵਰ ਦੇ, ਈਸ਼ਵਰ ਦੇ, ਗੌਡ ਦੇ, ਗੌਡ ਦੇ, ਖੁਦਾ ਦੇ, ਖੁਦਾ ਦੇ। ਹਾਂ ਮੈਂ ਵੀ ਸੋਚਦਾ ਵੀ ਕਿਸੇ ਨੇ ਤਾਂ ਦਮ ਦਬਾਇਆ ਹੀ ਹੂੰ। ਇਧਰ ਲੈ, ਇਹ ਵੀ ਰੱਬ ਦੇ। ਇਧਰ ਲੈ, ਇਹ ਵੀ ਰੱਬ ਦੇ। ਇਧਰ ਲੈ, ਇਹ ਵੀ ਰੱਬ ਦੇ। ਆ ਜਿਹੜੇ ਇਧਰ ਸੁਪਨੇ ਪਾਏ ਵੇ ਨੇ, ਇਹ ਵੀ ਰੱਬ ਦੇ ਬਣਾਏ ਵੇ ਨੇ ਮੈਜੀਸ਼ੀਅਨ। ਕਾਹੇ ਰੱਬ ਨੇ? ਓਏ ਰੱਬ ਇੱਕ। ਲੈ ਕਾਕਾ ਫਿਰ ਇੱਥੋਂ ਮੇਰਾ ਪੰਗਾ ਪੈਂਦਾ। ਕਿਹੜਾ ਪੰਗਾ? ਜੇ ਇੱਕ ਰੱਬ ਦੇ ਬਣਾਏ ਹੁੰਦੇ, ਹਾਂਜੀ, ਤਾਂ ਇੱਕੋ ਜਿਹੀਆਂ ਸ਼ਕਲਾਂ ਹੁੰਦੀਆਂ। ਇੱਕ ਰੱਬ ਦੇ ਬਣਾਏ ਹੁੰਦੇ, ਇੱਕ ਰੱਬ ਦੇ ਬਣਾਏ ਹੁੰਦੇ ਤਾਂ ਸਾਰਿਆਂ ਦਾ ਇੱਕੋ ਜਿਹਾ ਮੁਕੱਦਰ ਹੁੰਦਾ। ਅੱਛਾ। ਇੱਕ ਰੱਬ ਦੇ ਬਣਾਏ ਹੁੰਦੇ ਸਾਰਿਆਂ ਦਾ ਇੱਕੋ ਜਿਹਾ ਕੱਦ ਕਾਠ ਹੁੰਦਾ। ਹਾਂ ਜੀ ਹਾਂ। ਰੱਬ ਦੇ ਬਣਾਏ ਗਿਆ ਥੋੜੇ ਥੋੜੇ ਜਿਹੜੇ ਤੈਨੂੰ ਮੈਂ ਦੱਸੂਗਾ। ਕਿਹੜੇ ਭਾਈ ਸਾਹਿਬ? ਇੱਜ਼ਤਾਂ ਵਾਲੇ, ਆਬਰੂਆਂ ਵਾਲੇ, ਪੜ੍ਹੇ ਲਿਖੇ ਕੁਰਸੀ ਨਸ਼ੀਨ ਆਦਮੀ, ਜ਼ਮੀਨਾਂ ਜਾਇਦਾਦਾਂ ਵਾਲੇ, ਸੰਤ ਮਹਾਤਮਾ ਲੋਕ, ਵਿਦਵਾਨ ਲੋਕ, ਅਫੀਸਰ ਲੋਕ, ਕਾਕਾ ਇਹ ਤਾਂ ਬਣਾਏ ਪਏ ਨੇ ਰੱਬ ਦੇ। ਆ ਵਿੱਚ ਜਿਹੜੇ ਹੋਰ ਗਰੀਬ ਜਨਤਾ ਫਿਰਦੀ ਆ, ਆ ਜਿੰਨੇ ਲਾਗੀ ਨੇ, ਇਹ ਸਭ ਠੇਕੇ ਤੇ ਬਣੇ ਪਏ ਨੇ। ਉਹ ਕਿਵੇਂ? ਉਹ ਕਿਵੇਂ? ਉਹ ਕਿਵੇਂ? ਆਏ ਆ ਠੇਕੇਦਾਰੀ ਮਾਲ ਕਮਜ਼ੋਰ ਹੀ ਹੁੰਦਾ ਜੀ। ਓ ਨਹੀਂ ਨਹੀਂ ਭਰਾਵਾ, ਮੇਰੀ ਗੱਲ ਸੁਣ, ਇਹ ਜਿਹੜਾ ਠੇਕੇਦਾਰੀ ਸਿਸਟਮ ਆ, ਇਹ ਆਪਣੀ ਪੰਜਾਬ ਸਰਕਾਰ ਦੇ ਮੂਹਰੇ ਆ। ਇਹ ਤਾਂ ਫਿਰ ਝੂਠੀਆਂ ਸਰਕਾਰਾਂ ਨੇ, ਪੰਜਾਬ ਸਰਕਾਰ, ਹਿੰਦੁਸਤਾਨ ਸਰਕਾਰ, ਪਾਕਿਸਤਾਨ ਸਰਕਾਰ, ਅਮਰੀਕਾ ਸਰਕਾਰ, ਇਹ ਤਾਂ ਕਾਕਾ ਝੂਠੀਆਂ ਸਰਕਾਰਾਂ। ਸੱਚੀ ਸਰਕਾਰ? ਸੱਚੀ ਸਰਕਾਰ ਉਸ ਨੀਲੇ ਤੰਬੂ ਵਾਲੇ ਦੀ। ਅੱਛਾ। ਉਹਦੇ ਮੂਹਰੇ ਵੀ ਅਫਸਰ ਰੱਖੇ ਹੋਏ ਨੇ। ਉਹਦੇ ਮੂਹਰੇ ਕਿਹੜੇ ਅਫਸਰ ਰੱਖੇ ਹੋਏ ਨੇ? ਹਿੰਦੂ ਲੋਕ ਕਹਿੰਦੇ ਨੇ ਦੇਵਤੇ, ਹਾਂਜੀ, ਮੁਸਲਮਾਨ ਕਹਿੰਦੇ ਆ ਪੈਗੰਬਰ, ਹਾਂਜੀ ਹਾਂਜੀ, ਸਿੱਖੀ ਦੇ ਵਿੱਚ ਅਵਤਾਰ ਕਿਹਾ ਜਾਂਦਾ। ਬਿਲਕੁਲ ਸਹੀ ਗੱਲ। ਕਿਸੇ ਦੇਵਤੇ ਨੂੰ ਹੁਕਮ ਦਿੱਤਾ 10,000 ਮੂਰਤੀ ਬਣਾ ਦੇ, ਕਿਸੇ ਪੈਗੰਬਰ ਨੂੰ ਹੁਕਮ ਦਿੱਤਾ 50,000 ਮੂਰਤੀ ਬਣਾ ਦੇ, ਕਿਸੇ ਅਵਤਾਰ ਨੂੰ ਹੁਕਮ ਦਿੱਤਾ 2,00,000 ਮੂਰਤੀ ਬਣਾ ਦੇ। ਹਾਂਜੀ। ਉਹ ਮੂਰਤੀਆਂ ਤਿਆਰ ਕਰ ਦਿੰਦੇ ਨੇ, ਰੱਬ ਦੀ ਕਚਹਿਰੀ 'ਚ ਪੇਸ਼ ਕਰ ਦਿੰਦੇ ਨੇ, ਉੱਤੇ ਮੋਹਰ ਲੱਗ ਜਾਂਦੀ ਆ ਕਿ ਬੰਦਾ ਬਣ ਗਿਆ। ਬਾਜੇ ਆਪੀ ਬਣ ਬਣ ਬਹਿੰਦੇ ਆ। ਉਹ ਕਿਹੜੇ ਆ? ਹੁਣ ਆਪਾਂ ਕਿਤੇ ਰੱਬ ਦੇ ਬਣਾਏ ਹੋਏ ਆ? ਕਿਉਂ ਨਾ ਆਪਾਂ ਕਿਤੇ ਰੱਬ ਦੇ ਬਣਾਏ ਹੋਏ ਆ? ਇਹ ਗੱਲ, ਸਾਰੇ ਲੋਕ ਆਰਾਮ ਨਾਲ ਬੈਠੇ ਆ। ਹਾਂ ਬੈਠੇ ਆ। ਆਪਾਂ ਪਿਓ ਪੁੱਤ ਜੁੱਤਮ ਜੁੱਤੀ ਹੁੰਦੇ ਆ। ਇਹ ਆਪਣੀ ਕਲਾ, ਆਪਣਾ ਅੱਠ ਕੰਮ ਆ, ਇਹ ਆਪਣਾ, ਇਹ ਸਾਰੀ ਦੁਨੀਆਂ ਇੱਕ ਰੱਬ ਦੀ ਬਣਾਈ ਹੋਈ ਆ। ਜੈਸੇ ਲਿਖਿਆ ਕਿ ਇੱਕੋ ਤੇਰਾ ਨਾਮ ਹੈ ਸਹੰਸਰ ਥਾਈ ਜੱਪੀ ਦਾ, ਪਾਰ ਬਰਮਾ ਅਮਰਾਸੀ ਸਾਈ ਸੱਚਿਆ, ਬਿਨ ਥੰਮੀ ਅਸਮਾਨ ਉੱਤੇ ਰੱਖਿਆ, ਧਰਤੀ ਹੇਠਾਂ ਧੌਲਾ ਧਾਰੀ ਧਰਮ ਦੀ, ਲਾਖ ਮਨਾ ਚਤਰਾਈ ਰੱਤੀ ਕਰਮ ਦੀ, ਆਪਣੇ ਆਪਣੇ ਦੀਨ ਕੀ ਸਭੀ ਮਨਾਵਾ ਟੇਕ, ਗੋਲ ਮਰਾਜ ਅਨੇਕ ਹੈ ਜੋ ਰਜਬ ਨਿਸ਼ਾਨਾ। ਇਹ ਸਾਰੀ ਦੁਨੀਆਂ ਇੱਕ ਰੱਬ ਦੀ ਬਣਾਈ। ਇੱਥੇ ਕਲਾਕਾਰ ਕਰਦੇ ਆ। ਅੱਛਾ ਜੀ। ਲਓ ਜੀ ਤੁਹਾਡੇ ਸਾਹਮਣੇ ਚਿਤਰਾਰ ਦੀ ਆਈਟਮ ਸੁਫੀਆਨਾ ਸੌਂਗ। ਹਾਂਜੀ ਹਾਂਜੀ। ਬਾਕੀ ਰੱਬ ਰਾਜੀ ਰੱਖੇ ਕੋ ਦੇਈ ਲਈ ਜਾਓ ਹੈ। ਬੁੱਕ ਜੇ ਨਾ ਰੱਖੋ। ਹੋਰ ਮੈਂ ਪੱਲੇ ਮਨ ਕਬੂਲ ਹੋ ਹੈ
ਹੈਲੋ ਹਲੇ ਹਲੇ ਉਹ ਹਾਂ ਲਓ ਜੀ ਤੁਹਾਡੇ ਸਾਹਮਣੇ ਇੱਕ ਨਕਲ ਪੇਸ਼ ਕਰਨ ਲੱਗਿਆ ਕਮੇਡੀ ਜ਼ਰਾ ਗੌਰ ਫਰਮਾਇਓ ਲੈ ਵੀ ਭਰਾਵੋ ਮੇਰੀ ਆ ਕੇ ਗੱਲ ਸੁਣੋ ਹਲੇ 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 ਲਓ ਜੀ ਤੁਹਾਡੇ ਸਾਹਮਣੇ ਇੱਕ ਨਕਲ ਸੁਣਾਉਣ ਲੱਗਿਆ ਤੇਰਾ ਗੌਰ ਫਰਮਾਇਓ ਇਹ ਭਾਈ ਸਾਹਿਬ ਛੋਟੇ ਭਾਈ ਕੀ ਹਾਲ ਚਾਲ ਨੇ ਅਸਲਾਮ ਅਲੈਕਮ ਵਾਲੇਕੁਮ ਸਲਾਮ ਅਲੈਕਮ ਭਾਈ ਸਾਹਿਬ ਵਾਲੇਕੁਮ ਸਲਾਮ ਭਾਈ ਸਾਹਿਬ ਹਾਂ ਵੀ ਹਾਂ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਚਾਹੁੰਦਾ ਰਾਇ ਮਸ਼ਵਰਾ ਰਾਇ ਕਰਨੀ ਚਾਹੁੰਦਾ ਕੋਈ ਹਾਂ ਜੀ ਹਾਂ ਕਿਹੜੀ ਰਾਇ ਕਰਨੀ ਹੈ ਵੀ ਕਾਕਾ ਰਾਇ ਪਹਿਲਾਂ ਤਾਂ ਕੀ ਗੱਲ ਆਪਾਂ ਦਿੰਨੀ ਆ ਯਾਰ ਉਹ ਚੌਥਾ ਖੁਸ਼ੀ ਆ ਕਿੱਥੇ ਆ ਜੇ ਤਾਂ ਕਿਸੇ ਵਿਆਹ ਸ਼ਾਦੀ ਚ ਜਾਣਾ ਹੋਵੇ ਫੇਰ ਤਾਂ ਸਵੇਰੇ ਸਾਜਰੇ ਤਿਆਰ ਹੋ ਕੇ ਆਜੋ ਮੂਰੇ ਉਹ ਆਜੋ ਭਾਈ ਲੇਟ ਨਾ ਹੋਵੋ ਅਗਲੇ ਦੇ ਪਹੁੰਚਣਾ ਟਾਈਮ ਨਾਲ ਜਦੋਂ ਕੋਈ ਕੰਮ ਕਰਨਾ ਹੋਵੇ ਹਾਂ ਫੇਰ ਸਾਰਿਆਂ ਪਿੱਛੇ ਫਿਰ ਬੁਲਾਏ ਤੋਂ ਮਸਾਉਂਦਾ ਬੁਲਾਵਾਂ ਨੂੰ ਬੁਲਾਵਾਂ ਨੂੰ ਓ ਭਰਾ ਖੁਸ਼ੀਆ ਆ ਗਏ ਜੀ ਆ ਗਏ ਆ ਗਏ ਆ ਗਏ ਹਾਂਜੀ ਹਾਂਜੀ ਦੱਸੋ ਕੀ ਗੱਲ ਆ ਓ ਭਰਾਵਾ ਛੋਟਾ ਭਰਾ ਕੋਈ ਰਾਇ ਕਰਨ ਨੂੰ ਕਹਿੰਦਾ ਕਹਿੰਦਾ ਆਪਾਂ ਚਾਰੇ ਭਰਾ ਰਾਇ ਕਰਦੇ ਇੱਕ ਇਕੱਠੇ ਹੋ ਕੇ ਅੱਛਾ ਆਪਾਂ ਰਾਇ ਕੀ ਕਰਨਾ ਚਾਹੁੰਦੇ ਆ ਆ ਕਰ ਗੱਲ ਇਹਨਾਂ ਮੇਰੀ ਗੱਲ ਸੁਣ ਹਾਂਜੀ ਦੇਖ ਆਪਣਾ ਕਿੰਨਾ ਨਾਂ ਆ ਆ ਦੁਨੀਆ ਤੇ ਬਥੇਰਾ ਨਾਂ ਆਗਾ ਘਨੌਰ ਵਾਲੇ ਨਕਲੀਏ ਘਨੌਰ ਵਾਲੇ ਨਕਲੀਏ ਘਨੌਰ ਵਾਲੇ ਨਕਲੀਏ ਬਹੁਤ ਨਾਂ ਆਗਾ ਮੈਂ ਇਹ ਕਹਿਣਾ ਵੀ ਆਪਣਾ ਇਸ ਤੋਂ ਵੀ ਜ਼ਿਆਦਾ ਨਾਂ ਹੋ ਜੇ ਕਿਉਂ ਨਾ ਆਪਾਂ ਕੋਈ ਇਹੋ ਜਿਹਾ ਕੰਮ ਕਰਦੀ ਹੈ ਵੀ ਅੱਛਾ ਇਹ ਤੋਂ ਜ਼ਿਆਦਾ ਨਾਂ ਹੋ ਜੇ ਆਪਣਾ ਹਾਂ ਭਾਈ ਬੋਲੋ ਇਹੋ ਜਿਹਾ ਕੀ ਕੰਮ ਕਰਨਾ ਚਾਹੁੰਦੇ ਹੋ ਕੰਮ ਐਂ ਕਰੋ ਹਾਂ ਆਪਾਂ ਅੱਠ ਦਿਨਾਂ ਵਾਸਤੇ ਲੰਗਰ ਲਾ ਦਿਓ ਆਪਣੇ ਪਿੰਡ 'ਚ ਦਰਵਾਜ਼ੇ ਪੂਰੀ ਪ੍ਰਸ਼ਾਦ ਛੋਲੇ ਖੀਰ ਪੂੜੇ ਠੀਕ ਆ ਇਹਦੇ 'ਚ ਆਪਣਾ ਨੌ ਹੋ ਜਾਊ ਨੌ ਤਾਂ ਆਪੇ ਹੋ ਅਗਲਾ ਘਨੌਰ ਵਾਲੇ ਨਕਲੀਆਂ ਨੇ ਆਪਣੇ ਪਿੰਡ ਦੇ ਵਿੱਚ ਅੱਠ ਦਿਨ ਲੰਗਰ ਚਲਾਇਆ ਖੀਰ ਪ੍ਰਸ਼ਾਦ ਪੂੜੇ ਮਾਲ ਪੂੜੇ ਮਟਰ ਪਨੀਰ ਲੈਗ ਪੀਸ ਓ ਬ੍ਰੈਡ ਪੀਸ ਬ੍ਰੈਡ ਓ ਬ੍ਰੈਡਾਂ ਨਾਲ ਤਾਂ ਪੰਜਾਬ ਬਣਦਾ ਲੈ ਹੋਰ ਬ੍ਰੈਡ ਪੀਸ ਅੱਛਾ ਬ੍ਰੈਡ ਪੀਸ ਹਾਂ ਅੱਠ ਦਿਨਾਂ ਵਾਸਤੇ ਲੰਗਰ ਚਲਾ ਦੇ ਚ ਨੌ ਹੋ ਜੂ ਇਹਦੇ ਚ ਨੌ ਹੋ ਜੂ ਜੀ ਵੀ ਘਨੌਰ ਵਾਲੇ ਨਕਲੀਆਂ ਨੇ ਅੱਠ ਦਿਨ ਲੰਗਰ ਚਲਾਇਆ ਕਿਉਂ ਵੀ ਕਾਕਾ ਜਿਹੜਾ ਨੌਵੇਂ ਦਿਨ ਬਾਟੀ ਲੈ ਕੇ ਆ ਗਿਆ ਉਹਨੂੰ ਕੀ ਖਵਾਉਂਗੇ ਇਹ ਵੀ ਗੱਲ ਸਹੀ ਹੈ ਉਹ ਇਕੱਲਾ ਹੀ ਬਦਨਾਮ ਕਰਦਾ ਜਾਊਗਾ ਵੀ ਕੋਈ ਕੁਛ ਨੀ ਕੀਤਾ ਇਹਨਾਂ ਨੇ ਹਾਂ ਉਹ ਯਾਰ ਮੈਂ ਤਾਂ ਇਹ ਕਹਿਣਾ ਬੜੇ ਭਾਈ ਮੇਰੀ ਗੱਲ ਸੁਣ ਉਹ ਯਾਰ ਆਪਾਂ ਕੱਪੜੇ ਨਾ ਦਾਨ ਕਰ ਦਈਏ ਕੰਬਲ ਖੇਸ ਜਿਹੜੇ ਯਾਰ ਸਾਧੂ ਸੰਤ ਵਿਚਾਰੇ ਸਟੇਸ਼ਨਾਂ ਤੇ ਬੈਠੇ ਦੁਨੀਆ ਬਹੁਤ ਚੱਕਰਦੀ ਆ ਆਪਾਂ ਜਿੰਨੀ ਗਰੀਬ ਜਨਤਾ ਸਟੇਸ਼ਨਾਂ ਤੇ ਪਈ ਆ ਦੇਖ ਤੂੰ ਵੀ ਦੇਖਦੇ ਆਪਾਂ ਮੂਹਰੇ ਸਿਆਲ ਦਾ ਮਹੀਨਾ ਆਉਂਦਾ ਖੇਸ ਕੰਬਲ ਗਦੈਲੇ ਰਜਾਈਆਂ ਇਹ ਦਾਨ ਕਰਦੇ ਨੇ ਇਹ ਵੀ ਇਹ ਚ ਵੀ ਨੌ ਆ ਇਹਦੇ ਚ ਨੌ ਹੋ ਜੂਗਾ ਘਨੌਰ ਵਾਲੇ ਨਕਲੀਆਂ ਨੇ ਗਰੀਬਾਂ ਨੂੰ ਬਿਸਤਰੇ ਵੰਡੇ ਹੈ ਪਹਿਲਾਂ ਘਰ ਦੇ ਤਾਂ ਪੂਰੇ ਕਰ ਲਓ ਘਰ ਦੇ ਪੂਰੇ ਹੀ ਨੇ ਸਦਾ ਹੀ ਹਾਂ
ਯਾਰ ਫਿਰ ਮੇਰੀ ਗੱਲ ਸੁਣ, ਤੂੰ ਸਾਡੀ ਸਲਾਹਾਂ ਦਾ ਬੇਕਾਰ ਕਰਿਆ। ਉਹ ਤੂੰ ਬਣਾ ਸਾਡੇ ਤੋਂ, ਤੂੰ ਵੀ ਕੋਈ ਰਾਏ ਮਸ਼ਵਰਾ ਦੇ। ਲੈ ਨਾਂ ਤੁਹਾਡਾ, ਮੈਂ ਮਿੰਟਾਂ 'ਚ ਤੁਹਾਡਾ ਨਾਂ, ਮਿੰਟਾਂ 'ਚ ਅਖਬਾਰਾਂ 'ਚ ਤੁਹਾਡਾ ਨਾਂ, ਟੈਲੀਵਿਜ਼ਨਾਂ 'ਚ ਤੁਹਾਡਾ ਨਾਂ, ਯੂਟਿਊਬ ਤੇ ਤੁਹਾਡਾ ਨਾਂ, ਅੱਛਾ ਜੀ ਨੈਟ ਤੇ ਤੁਹਾਡਾ ਨਾਂ, ਇੰਨੀ ਛੇਤੀ ਨਾਂ, ਇੰਨੀ ਛੇਤੀ ਨਾਂ। ਉਹ ਕਿਹੜਾ ਕੰਮ ਕਰੀਏ, ਕਹਿ ਭਾਈਆਂ ਆਪਾਂ ਚਾਰ ਅੱਠ ਖੂਨ ਕਰ ਦੋ, ਇਹ ਚ ਨਾਂ ਵਾਲੀ ਕਿਹੜੀ ਗੱਲ। ਲੈ ਕਰਕੇ ਨੂੰ ਲੈ ਅਖਬਾਰ ਚਾਹੇ, ਜਿਹੜਾ ਕਨੌਰ ਵਾਲੇ ਨਕਲੀਏ ਨੂੰ ਫੜੇ 20 ਲੱਖ ਨਾਮ। ਨਹੀਂ ਨਹੀਂ ਯਾਰ, ਇਹੋ ਜਿਹਾ ਕੰਮ ਨਹੀਂ ਕਰਨਾ ਬਈ, ਨਾਂ ਤਾਂ ਬਾਈ ਇਹੋ ਜਿਹੇ ਕੰਮਾਂ ਨਾਲ। ਨਾ ਨਾ ਨਾ, ਇੱਕ ਗੱਲ ਹੋਰ ਸੁਣ। ਹਾਂ ਹਾਂ, ਤੇ ਨਾਂ ਵਾਲੀ ਗੱਲ ਐ ਕਰਦੀ। ਹਾਂ ਦੱਸ। ਆਪਾਂ ਆਪਣੇ ਪਿੰਡ 'ਚ ਸਕੂਲ ਪਵਾ ਦਿੰਦੇ ਹਾਂ। ਸਕੂਲ ਓਨੇ ਜਵਾਕ ਨਹੀਂ ਹੈਗੇ ਜਿੰਨੇ ਸਕੂਲ ਬਣ ਗਏ। ਓਏ ਉਹ ਸਕੂਲ ਨਹੀਂ ਕਹਿੰਦਾ ਮੈਂ, ਆ ਪ੍ਰਾਇਮਰੀ ਮਾਡਲ ਸਕੂਲ ਨਹੀਂ ਕਹਿੰਦਾ ਮੈਂ। ਅੱਛਾ, ਮੈਂ ਕਹਿੰਦਾ ਉਰਦੂ ਦਾ ਸਕੂਲ। ਦੇਖ, ਉਰਦੂ ਦੀ ਜਿਹੜੀ ਪੜ੍ਹਾਈ ਆ ਪੰਜਾਬ ਦੇ ਵਿੱਚ ਆਪਣੇ ਖਤਮ ਹੁੰਦੀ ਜਾ ਰਹੀ ਆ, ਮੁਸਲਮਾਨਾਂ ਦੀ ਪੜ੍ਹਾਈ ਆ ਉਰਦੂ ਦੀ। ਹਾਂ, ਕਿਉਂਕਿ ਮਲੇਰਕੋਟਲੇ ਦੇ ਏਰੀਏ 'ਚ ਹੀ ਆ। ਹਾਂ, ਆਪਾਂ ਕਿਉਂ ਨਾ ਇਸਲਾਮੀਆ ਸਕੂਲ ਖਿਲਾ ਦੀ ਆਪਣੇ ਪਿੰਡ ਦੇ ਵਿੱਚ, ਉਰਦੂ ਦੀ ਤਾਲੀਮ, ਆਪਣੇ ਬੱਚਿਆਂ ਨੂੰ ਤਾਲੀਮ ਆਉ। ਹਾਂ ਵੀ ਸਾਡੀ ਕੀ ਮਰਿਆਦਾ। ਹਾਂ ਹਾਂ, ਅੱਛਾ ਠੀਕ ਆ, ਵੀ ਉਰਦੂ ਦਾ ਸਕੂਲ ਪਾ ਦੋ। ਪਾ ਦਈਏ, ਪਾ ਦੋ। ਇੱਕ ਗੱਲ ਹੋਰ ਸੁਣ ਲਾ। ਹਾਂ, ਆਪਾਂ ਨੇ ਚਾਰਾਂ ਭਾਈ ਨੇ ਆਪਣੀ ਕਮਾਈ ਦੇ ਵਿੱਚੋਂ ਸਕੂਲ ਪਾਉਣਾ, ਕਿਸੇ ਤੋਂ ਹਿੱਸਾ ਨਹੀਂ ਪਾਉਣਾ। ਠੀਕ ਆ, ਲੈ ਪਹਿਲੇ ਨੰਬਰ ਤੇ ਮੇਰੀ ਗੱਲ ਸੁਣ ਲਓ। ਸਕੂਲ ਵਾਸਤੇ ਜਿੰਨੀ ਵੀ ਜ਼ਮੀਨ ਬਗਲਣੀ ਆ ਬਗਲ ਲਓ ਮੇਰੇ ਕੰਨੀ। ਕਿੱਲਾ ਡੇਢ ਕਿੱਲਾ ਲੱਗੂ ਭਾਈ, ਮੈਂ ਕਹਿੰਦਾ ਜੇ 2 ਕਿੱਲੇ ਬਗਲ ਲਓ। ਠੀਕ ਆ ਭਾਈ, ਠੀਕ ਆ। ਲੈ ਵੀ ਇੱਟਾਂ ਸਰੀਆ ਬਜਰੀ ਮੇਰੇ ਕੰਨੀ। ਉਹ ਲੈ ਵੀ ਜਿੰਨਾ ਲੇਬਰ ਦਾ ਖਰਚਾ ਉਹ ਸਾਰਾ ਮੈਂ ਦਊਂਗਾ, ਮਿਸਤਰੀਆਂ ਦਾ, ਮਜ਼ਦੂਰਾਂ ਦਾ, ਕਾਲਬ ਦਾ ਸਾਰਾ ਸਮਾਨ ਯਾਰ ਮੈਂ ਇਕੱਲਾ ਦਊਂਗਾ। ਉਹ ਬਾਈ ਕਹਿੰਦਾ ਸਮੈਂਟ ਦੇ ਟਰੱਕ ਰੇਤੇ ਦੇ ਮੈਂ ਭੇਜ ਦੂੰ। ਹਾਂ ਅੱਛਾ, ਲੈ ਵੀ ਮੇਰੀ ਗੱਲ ਸੁਣਨਾ। ਦੇਖ, ਮੈਂ ਤਾਂ ਦੇਤੀ ਜ਼ਮੀਨ। ਠੀਕ ਆ। ਉਹ ਕਹਿੰਦਾ ਇੱਟਾਂ ਬਜਰੀ ਰੇਤਾ ਸੀਮੈਂਟ ਸਰੀਆ ਉਹ ਦੇ ਦੂ, ਲੇਬਰ ਦਾ ਖਰਚਾ ਸਾਰਾ ਹੀ ਨੇ ਉੱਠ ਲਿਆ, ਉਹ ਤੂੰ ਵੀ ਹਿੱਸਾ ਪਾ ਲਾ। ਮੈਂ ਕਹਾਣੀ ਕਰਾ ਦੂੰ, ਇਹੀ ਨਹੀਂ ਹੋਣੀ ਸਭ ਤੋਂ ਹੈ। ਆਇਆ ਹੁਣ ਇੱਟਾਂ ਕਾਹਦੇ ਨਾਲ ਲਾਉਂਗੇ। ਉਹ ਸੱਚ ਇੱਕ ਗੱਲ ਹੋਰ ਸੁਣ ਯਾਰ, ਮੇਰੇ ਹੁਣ ਧਿਆਨ 'ਚ ਗੱਲ ਆਈ ਆ। ਉਹ ਜਿਹੜਾ ਆਪਣਾ ਭਰਾ ਤੇ ਅਸਲਮ, ਦੇਖ ਲਾ ਅੱਲਾ ਨੂੰ ਪਿਆਰਾ ਹੋ ਗਿਆ, ਰੱਬ ਨੂੰ ਪਿਆਰਾ ਹੋ ਗਿਆ ਨਾ, ਆਪਾਂ ਕਿਉਂ ਨਾ ਸਕੂਲ ਉਹਦੇ ਨਾਂ ਤੇ ਬਣਾ ਦਈਏ। ਹਾਂ ਅਸਲਮ ਮੈਮੋਰੀਅਲ ਕੀ ਕਹਿੰਦੇ, ਹਾਂ ਉਹਦੇ ਨਾਂ ਤੇ ਪਾ। ਇੱਕ ਗੱਲ ਹੋਰ ਸੁਣ, ਜਦ ਆਪਣਾ ਭਾਈ ਫੌਜ ਦੇ ਵਿੱਚ ਸ਼ਹੀਦ ਹੋਇਆ, ਉਹ ਭਰਜਾਈ ਨੂੰ ਵੀ ਪੈਸੇ ਮਿਲੇ ਨੇ। ਉਹਨੂੰ ਮਿਲ ਗਿਆ ਸੀ ਘੱਟੋ ਘੱਟ 20-25 ਲੱਖ ਰੁਪਇਆ ਮਿਲਿਆ, ਬਾਕੀ ਜ਼ਮੀਨ ਦਾ ਠੇਕਾ ਆਉਂਦਾ 5 ਰੁਪਏ ਸੈਂਕੜੇ ਵਿਆਜ ਤੇ ਰੁਪਈਏ ਦਿੰਦੀ ਆ ਉਹ। ਤੈਨੂੰ ਕਿਵੇਂ ਪਤਾ? ਮੈਂ ਗਵਾਹ ਹੁੰਦਾ। ਲੈ ਲੈ ਵੀ ਚੱਲੀ ਐ ਕਰ, ਤੁਸੀਂ ਜਾ ਕੇ ਤੂੰ ਭਰਜਾਈ ਕੋਲੇ ਜਾ ਕੇ ਕਿਹਾ ਵੀ ਸਕੂਲ ਪਾਉਣੇ ਆ, ਵੀ ਤੁਸੀਂ ਹਿੱਸਾ ਪਾ ਲਓ। ਬਾਈ ਇਕੱਲਾ ਕੋਈ ਬੰਦਾ ਢਾਲ ਲੈਣ ਲੱਗ ਜੇ ਦਿੰਦਾ ਨਹੀਂ ਅਗਲਾ। ਕਿਉਂ? ਅਗਲਾ ਕਹਿੰਦਾ ਢਾਲ ਲੈਣ ਆਇਆ, ਇਹਦਾ ਕੀ ਆ ਲੈ ਕੇ 100 ਰੁਪਇਆ ਪਊਗਾ ਨਾ ਲਾਇਆ ਵੀ। ਫਿਰ ਸਾਰੇ ਚੱਲੀ, ਸਾਰੇ ਚੱਲੋ, 4 ਬੰਦਿਆਂ ਦਾ ਭੈ ਕੀਤਾ। ਹਾਂ ਵੀ ਭਾਬੀ ਨੂੰ ਕਹਿੰਦੇ ਜਾ ਕੇ ਭਰਜਾਈ ਦੇ ਇੱਕ ਰਾਇ ਕਰੀਏ। ਹਾਂ ਚੱਲ ਲੱਗ ਮੂਰੇ, ਚਲੋ ਨਹੀਂ ਤੁਸੀਂ ਰੱਖੋ ਮੂਰੇ। ਭਾਬੀ ਸਲਾਮ ਅਲੈਕਮ। ਵਾਲੇਕਮ ਸਲਾਮ ਭਰਜਾਈ ਜੀ, ਸਲਾਮ ਅਲੈਕਮ। ਵਾਲੇਕਮ ਸਲਾਮ, ਕਿਵੇਂ ਅੱਜ ਇਕੱਠੇ ਹੋਏ ਫਿਰਦੇ ਹੋ? ਬਸ ਭਰਜਾਈ ਬੈਠੇ ਬੈਠੇ ਇੱਕ ਦਿਮਾਗ ਦੇ ਵਿੱਚ ਖਿਆਲ ਆਇਆ। ਕੀ ਗੱਲ ਹੈ ਇਹੋ ਜੀ? ਹਾਂ ਭਾਈ, ਅਸੀਂ ਬੜੇ ਦੁਖੀ ਹਿਰਦੇ ਨਾਲ ਦੱਸਦੇ ਆ ਤੈਨੂੰ। ਦੱਸੋ
ਵੀ ਤੂੰ ਆ ਸਾਡੀ ਰੰਡੀ ਭਰਜਾਈ। ਕਹਿਣ ਨੂੰ ਜੀ ਨਹੀਂ ਕਰਦਾ, ਰਾਇ ਕੀਤੀ ਹੈ ਕੋਈ? ਅਸੀਂ ਤਿੰਨਾਂ ਭਾਈਆਂ ਨੇ, ਚਾਰਾਂ ਨੇ ਰਾਇ ਕੀਤੀ ਆ ਕੀ ਵੀ ਤੇਰਾ ਕਿਤੇ ਦੂਏ ਥਾਵੇਂ ਤੋਪਾ ਭਰਦੀ ਹੈ। ਤੂੰ ਨੀ ਦੱਸਦਾ ਆ ਰਹਿ ਕਰੀ ਆਪਾਂ ਇੱਧਰ ਖੜ ਜਾਵਾਂਗੇ ਚੁੱਪ ਕਰਕੇ, ਹੋਰ ਹੀ ਗੱਲਾਂ ਕਰਦੇ ਜੇ। ਭਾਬੀ ਜੀ ਅਸੀਂ ਇਹ ਰਹਿ ਕਰੀ ਆ, ਦੇਖੋ ਆਪਣੇ ਪਿੰਡ ਦੇ ਵਿੱਚ ਆਪਾਂ ਸਕੂਲ ਬਣਵਾ ਰਹੇ ਹਾਂ, ਠੀਕ ਹੈ, ਉਰਦੂ ਦਾ ਸਕੂਲ, ਠੀਕ ਹੈ ਨਾ, ਅਸੀਂ ਬਣਾ ਵੀ ਆਪਦੇ ਭਰਾ ਦੇ ਨਾਂ ਤੇ ਨੇ, ਅਸਲਮ ਦੇ ਨਾਂ ਤੇ। ਗੱਲ ਸੁਣੋ ਮੇਰੀ, ਤੁਸੀਂ ਉਹਨਾਂ ਦਾ ਨਾਂ ਲੈ ਕੇ ਕੀ ਦੱਸਾਂ, ਮੇਰੇ ਤਾਂ 12 ਸਾਲ ਦੇ ਜ਼ਖਮ ਹਰੇ ਕਰ ਦਿੱਤੇ। ਕੋਈ ਗੱਲ ਨਹੀਂ ਭਰਜਾਈ ਜੀ, ਕੋਈ ਗੱਲ ਨਹੀਂ, ਇਹਨੂੰ ਕਹਿ ਬਾਈ ਕਾ ਕੂਕਾ ਨਾ ਮਾਰ, ਮੇਰਾ ਬੀਪੀ ਡਾਊਨ ਹੁੰਦਾ। ਓ ਜਾਵੇ ਕੂਕਾ ਮਾਰਦੇ ਤੈਨੂੰ ਕੀ ਹੁੰਦਾ, ਮੇਰਾ ਮੂੰਹ ਨਿਕਲਦਾ, ਓ ਖੂਨ ਸੁੱਕਦਾ ਖੂਨ, ਮੇਰਾ ਖੂਨ ਵਾਲੇ ਖਾਂਦਾ। ਕੋਈ ਗੱਲ ਨਹੀਂ ਕਰਨੀ। ਭਾਬੀ ਜੀ ਦੇਖੋ ਰੋਗੋ ਨਾਲ ਸਾਡਾ ਵੀ ਭਰਾ ਸੀ, ਅਸੀਂ ਇਹ ਸਲਾਹ ਕਰੀ ਆ ਤਿੰਨਾਂ ਭਾਈਆਂ ਨੇ, ਚਾਰਾਂ ਨੇ, ਠੀਕ ਹੈ ਜੀ, ਆਪਾਂ ਆਪਣੇ ਪਿੰਡ ਦੇ ਵਿੱਚ ਸਕੂਲ ਬਣਵਾ ਦਿੰਦੇ ਹਾਂ ਅਸਲਮ ਦੇ ਨਾਂ ਤੇ। ਠੀਕ ਹੈ ਜੀ, ਦੇਖੋ ਜਿੰਨੀ ਵੀ ਮਤਲਬ ਜ਼ਮੀਨ ਵਗਣਗੀ ਸਕੂਲ ਵਾਸਤੇ ਮੈਂ ਦੇ, ਠੀਕ ਹੈ, ਠੀਕ ਹੈ ਜੀ, ਇੱਟਾਂ ਬਜਰੀ ਰੇਤਾ ਸੀਮਿੰਟ ਸਰੀਆ ਸਾਰਾ ਖਰਚਾ ਉਹ ਭਾਈ ਨੇ, ਠੀਕ ਹੈ, ਲੇਬਰ ਦਾ ਖਰਚਾ ਹੀ ਨੇ ਉੱਠ ਲਿਆ, ਠੀਕ ਹੈ। ਭਾਬੀ ਜੀ ਤੁਸੀਂ ਵੀ ਕੋਈ ਹਿੱਸਾ ਪਾ ਲਓ। ਫਿਰ ਮੈਂ ਇਹ ਕਰੂੰਗੀ, ਖੂਹੀ ਲਵਾ ਦੂ ਸਕੂਲ ਦੇ ਮੂਹਰੇ ਬੱਚਿਆਂ ਨੂੰ ਪਾਣੀ ਪੀਣ ਵਾਸਤੇ। ਪਾਣੀ ਦਾ ਸਾਧਨ ਸੋਚਿਆ ਹੀ ਨਹੀਂ ਕਿਸੇ ਨੇ। ਕੀ ਕਹਿੰਦੀ ਆ ਭਾਬੀ? ਕਹਿੰਦੀ ਮੈਂ ਸਕੂਲ ਦੇ ਗੇਟ ਮੂਹਰੇ ਖੂਹੀ ਲਵਾ ਦੂ, ਮੈਂ ਉੱਤੇ ਡੋਲ ਧਰਾ ਦੂ, ਜੋ ਨਾ ਉਹ ਸਸਤੇ ਕੰਮ ਜੀ ਹੁੰਦਾ, ਆਇਆ ਜਵਾਕ ਕਿਹੜਾ ਵਿੱਚ ਵੜ ਕੇ ਪਾਣੀ ਪੀਣਗੇ। ਲੈ ਵੀ ਇੱਕ ਗੱਲ ਹੋਰ ਸੁਣ ਲਾ ਤੂੰ ਸਿਆਣਾ, ਦੇਖ ਸਕੂਲ ਦਾ ਕੰਮ ਆਪਾਂ ਸ਼ੁਰੂ ਛੇਤੀ ਤੋਂ ਛੇਤੀ ਕਰਨਾ, ਬਲਕੇ ਤਾਂ ਰੈਡੀਮੈਂਟ ਲੈ ਆਓ। ਉਹ ਮੇਰੀ ਗੱਲ ਸੁਣ, ਦੇਖ ਆਪਾਂ ਜਿਹੜੀ ਲੇਬਰ ਲਾਉਣੀ ਆ ਉਹਨਾਂ ਦਾ ਰੋਟੀ ਪਾਣੀ ਦਾ ਖਰਚਾ ਸਕੂਲ ਚ ਰੱਖੋ, ਰੋਟੀ ਪਾਣੀ ਰੋਟੀ ਦਾ ਖਰਚਾ ਉੱਥੇ ਰੱਖੋ ਵੀ ਭਾਈ, ਸਵੇਰੇ ਆ ਕੇ ਸ਼ਾਮ ਨੂੰ ਘਰੇ ਜਾਣਾ ਤੁਸੀਂ, ਦੁਪਹਿਰੇ ਛੁੱਟੀ ਨੀ ਮਿਲਣੀ, ਰਾਤ ਨੂੰ ਵੀ ਚਾਹੇ ਉੱਥੇ ਰੱਖੋ ਯਾਰਾ, ਤੀਆ ਚਾਰ ਡੱਬੇ ਲੱਗ ਜਾਣਗੇ। ਇਸਲਾਮੀਆ ਸਕੂਲ ਬਣਾਉਣਾ ਪਾਗਲਾ, ਲੈ ਵੀ ਐ ਕਰੋ ਕਣਕ ਜਿੰਨੀ ਵੀ ਲੱਗੂ ਮੇਰੇ ਘਰੋਂ ਚੱਕ ਲਿਓ, ਠੀਕ ਆ ਬਾਈ, ਠੀਕ ਆ। ਉਹ ਲੈ ਵੀ ਮੇਰੀ ਗੱਲ ਸੁਣ, ਉਹ ਸਬਜ਼ੀ ਦਾਲਾਂ ਠੀਕ ਆ ਇਹ ਮੇਰੇ ਘਰੋਂ ਯਾਰ ਆਜੂ ਸਾਰਾ ਸਮਾਨ, ਠੀਕ ਆ, ਠੀਕ ਆ, ਠੀਕ ਆ। ਲੈ ਵੀ ਨੂਣ ਮਿਰਚ ਮਸਾਲਾ ਮੇਰੇ ਕੋਲ, ਚਾਹ ਦੁੱਧ ਸਭ ਕੁਛ ਮੇਰੇ ਕੋਲ, ਠੀਕ ਆ। ਫਿਰ ਮੇਰੇ ਘਰੋਂ ਕਣਕ ਸਬਜ਼ੀਆਂ ਦਾ ਖਰਚਾ ਇਹਦਾ, ਨੂਣ ਮਿਰਚ ਮਸਾਲਾ ਦੁੱਧ ਚਾਹ ਚੀਨੀ ਦਾ ਸਮਾਨ ਉਹਦੇ ਕੋਲ, ਤੁਸੀਂ ਮੈਂ ਖਾਣ ਵਾਲਿਆਂ ਨੂੰ ਘੇਰ ਘੇਰ ਲਿਆਉ, ਖਰਚਾ ਵਧਾਊ ਸਾਡਾ ਘਟਾਉਂਦਾ ਨੀ। ਲੈ ਹੋਰ ਯਾਰ ਭਾਬੀ ਜੀ ਤੁਸੀਂ ਵੀ ਹਿੱਸਾ ਪਾ ਲਓ। ਕੋਈ ਗੱਲ ਨੀ, ਮੈਂ ਰੋਟੀ ਲਾ ਦਿਆ ਕਰੂੰ ਲੇਬਰ ਦੀ, ਰੋਟੀ ਲਾ ਦਿਆ ਕਰੂੰ। ਆ ਦੇਖ ਕਿਉਂ ਭਾਬੀ ਕਹਿੰਦੇ ਮੈਂ ਰੋਟੀ ਬਣਾ ਦਿਆ ਕਰੂੰ, ਮੈਂ ਰਾੜੀ ਜਾਊ ਭਾਰੀ ਕੰਮ ਵਾਲੇ। ਲੈ ਵੀ ਸਕੂਲ ਗਿਆ, ਦੋ ਕਮਰੇ ਬਣੇ ਨੇ, ਆਪਾਂ ਲੈ ਕੇ ਆਓ ਮਾਸਟਰ ਮੁਸਲਮਾਨ ਮਲੇਰਕੋਟਲੇ ਜਿਹੜਾ ਉਰਦੂ ਪੜ੍ਹਾਵੇ ਬੱਚਿਆਂ ਨੂੰ। ਹਾਂ ਚਲੋ ਚੱਲੀਏ, ਚਲੋ ਲੈ ਵੀ ਚਲੋ।
ਏ ਮਾਸਟਰ ਜੀ, ਮਾਸਟਰ ਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ, ਵਾਲੇਕੁਮ ਸਲਾਮ। ਵਾਲੇਕੁਮ ਜੀ ਮਾਸਟਰ ਜੀ। ਵਾਲੇਕੁਮ ਸਲਾਮ ਜੀ। ਉਹ ਘਨੌਰ ਵਾਲੇ ਮੀਰ ਹੋ ਤੁਸੀਂ ਬਈ? ਹਾਂ ਜੀ ਹਾਂ ਹਾਂ ਮਾਸਟਰ ਜੀ, ਹੋਰ ਠੀਕ ਹੋ? ਵਧੀਆ। ਉਹ ਤੂੰ ਵੀ ਘਨੌਰ ਵਾਲਾ ਮੀਰ ਆ? ਹਾਂ ਜੀ। ਤੂੰ ਵੀ ਘਨੌਰ ਵਾਲਾ ਮੀਰ ਆ? ਹਾਂ ਜੀ ਹਾਂ, ਘਨੌਰ ਤੋਂ ਆਇਆ ਜੀ। ਅੱਛਾ ਅੱਛਾ। ਹਾਂ ਜੀ ਮਾਸਟਰ ਜੀ, ਹੋਰ ਠੀਕ ਹੋ? ਵਧੀਆ ਵੀ ਵਧੀਆ। ਹੋਰ ਤੁਹਾਡੇ ਨਿਆਣੇ ਨਿੱਕੇ? ਉਹ ਵੀ ਠੀਕ ਨੇ। ਬੁੱਢੇ ਠੇਰੇ? ਉਹ ਵੀ ਠੀਕ ਨੇ। ਅਦ ਵਿਚਾਰਾ ਪਾਗਲ ਨਾ ਹੋਵੇ। ਉਹ ਵਿਚਲੇ ਵਿਚਲੇ ਸਾਰੇ ਠੀਕ ਹੋ? ਉਹ ਸਾਰੇ ਠੀਕ ਨੇ ਭਰਾਵੋ। ਸੁੱਖਾ ਤੁਸੀਂ ਮੇਰੇ ਕੋਲ ਆਏ ਹੋ ਅੱਜ? ਅਸੀਂ ਉਹ ਦੱਸੋ ਹੋਣਾ ਮਾਸਟਰ ਜੀ। ਕੋਈ ਗੱਲ ਨੀ, ਜੁੱਤੀਆਂ ਪਵਾਉਣ ਵਾਲੇ ਕੰਮ ਕਰਦਾ। ਹਾਂ ਵੀ ਹਾਂ ਮਾਸਟਰ ਜੀ, ਦੇਖੋ ਅਸੀਂ ਨਾ ਚਾਰਾਂ ਭਾਈਆਂ ਨੇ ਆਪਣੀ ਕਮਾਈ ਦੇ ਵਿੱਚੋਂ ਆਪਣੇ ਪਿੰਡ ਦੇ ਵਿੱਚ ਅਸੀਂ ਸਕੂਲ ਬਣਵਾਇਆ, ਇਸਲਾਮੀਆ। ਇਸਲਾਮੀਆ ਸਕੂਲ ਬਣਾਇਆ ਵੀ ਬਹੁਤ ਅੱਛੀ ਗੱਲ ਹੈ ਤਾਂ। ਠੀਕ ਹੈ ਨਾ ਜੀ। ਤੇ ਕਹਿਣ ਦਾ ਭਾਵ ਇਹ ਆ ਵੀ ਦੋ ਕਮਰੇ ਤਿਆਰ ਹੋਏ ਵਾਲੇ ਸਕੂਲ ਦੇ, ਠੀਕ ਆ, ਇੱਕ ਲੜਕੀਆਂ ਵਾਸਤੇ, ਠੀਕ ਆ, ਇੱਕ ਲੜਕਿਆਂ ਵਾਸਤੇ, ਠੀਕ ਆ। ਅਸੀਂ ਕਿਸੇ ਤੋਂ ਪਿੰਡ ਦੇ ਵਿੱਚੋਂ ਕੋਈ ਢਾਲ ਨਹੀਂ ਇਕੱਠੀ ਕਰੀ, ਆਪਣੇ ਪੈਸਿਆਂ ਦਾ ਕੀਤਾ ਜੋ ਆਪਣੀ ਕਮਾਈ ਦੇ ਵਿੱਚੋਂ ਸਕੂਲ ਬਣਾਇਆ। ਠੀਕ ਆ, ਆਪਣੀ ਮਾਲਕੀ ਤੇ ਅੰਦਰ ਸਕੂਲ ਬਣਾਇਆ। ਹਾਂ ਜੀ ਹਾਂ ਹਾਂ ਜੀ, ਚਾਰਾਂ ਭਾਈਆਂ ਨੇ ਹੱਥਾ ਪਾਇਆ ਜੀ। ਤੁਸੀਂ ਚਾਰਾਂ ਭਾਈ ਨੇ ਆਪਣੀ ਮਾਲਕੀ ਤੇ ਅੰਦਰ ਸਕੂਲ ਬਣਾਇਆ? ਹਾਂ ਜੀ, ਅਸੀਂ ਆਪਣੀ ਮਾਂ ਵੇਚ ਕੇ ਸਕੂਲ ਪਾਇਆ। ਮਾਲਕੀਅਤ ਦਾ ਮਤਲਬ ਆਪਣੀ ਕਮਾਈ ਦੇ ਵਿੱਚੋਂ ਬਣਾਇਆ, ਕਮਾਈ ਚੋਂ ਸਕੂਲ ਬਣਾਇਆ। ਇਹ ਅਸੀਂ ਤੁਹਾਨੂੰ ਲੈਣ ਵਾਸਤੇ ਆਏ ਮਾਸਟਰ ਜੀ, ਬੱਚਿਆਂ ਨੂੰ ਪੜ੍ਹਾਓ ਸਕੂਲ। ਦੇਖੋ ਵੀ ਤੁਸੀਂ ਇੰਨਾ ਚੰਗਾ ਕੰਮ ਕੀਤਾ, ਤੁਸੀਂ ਚਾਰਾਂ ਭਰਾਵਾਂ ਨੇ ਸਕੂਲ ਬਣਾਇਆ। ਹਾਂਜੀ, ਮੇਰਾ ਵੀ ਕੁਛ ਫਰਜ਼ ਬਣਦਾ, ਮੈਂ ਵੀ ਤੁਹਾਡੇ ਸਕੂਲ ਦੇ ਵਿੱਚ ਹਿੱਸਾ ਪਾ ਦਾਂ। ਦੱਸੋ ਜੀ ਕੀ ਹਿੱਸਾ ਪਾ? ਭਰਾਉਣ ਨੂੰ ਤਾਂ ਮੈਂ ਤੁਹਾਡੇ ਬੱਚੇ ਤਿਆਰ ਆ, ਬਿਲਕੁਲ ਠੀਕ ਠੀਕ ਹੈ ਕਿ ਨਹੀਂ? ਪਰ ਮੇਰੀ ਇੱਕ ਸ਼ਰਤ ਆ ਕਾਕਾ, ਕਿਹੜੀ? 3 ਮਹੀਨੇ ਮੈਂ ਬੱਚੇ ਫ੍ਰੀ ਪੜਾਵਾਂਗਾ। ਠੀਕ ਆ, ਆ ਦੇਖ ਐ ਹੁੰਦੀ ਆ ਗੱਲਬਾਤ। ਹਾਂ ਜੀ ਮਾਸਟਰ ਜੀ, ਕਹਿੰਦੇ ਜੇ ਤੁਸੀਂ ਆਪਣੀ ਕਮਾਈ ਦੇ ਵਿੱਚ ਸਕੂਲ ਬਣਵਾਇਆ, ਕਹਿੰਦੇ ਥੋੜਾ ਜਿਹਾ ਯੋਗਦਾਨ ਮੈਂ ਵੀ ਪਾ ਦਿੰਦਾ। ਕੀ ਕਹਿੰਦਾ? 3 ਮਹੀਨੇ ਮੈਂ ਬੱਚਿਆਂ ਨੂੰ ਫ੍ਰੀ ਪੜਾਉਂ, ਚੌਥੇ ਮਹੀਨੇ ਕੋਈ ਹੋਰ ਲਿਆਵਾਂਗੇ। ਨਹੀਂ ਫਿਰ ਤਨਖਾਹ ਦੇਣੀ ਪਊਗੀ। ਉਹ ਕੋਈ ਹੋਰ 2 ਮਹੀਨੇ ਲਾ ਜਾਊਗਾ। ਲੈ ਮਾਸਟਰ ਜੀ, ਰੋਟੀ ਪਾਣੀ ਵੀ ਤੁਹਾਨੂੰ ਅਸੀਂ ਚਾਰੇ ਭਾਈ ਲਿਆ ਕੇ ਦੇਵਾਂ, ਇੱਕ ਦਿਨ ਮੇਰੇ ਕਿ ਨਹੀਂ ਹੋ, ਇੱਕ ਦਿਨ ਉਹਦੇ ਕਿ ਨਹੀਂ, ਇੱਕ ਦਿਨ ਇਹਦੇ ਕਿ ਨਹੀਂ, ਇੱਕ ਦਿਨ ਇਹ ਦੇਖ ਲਈ। ਠੀਕ ਆ ਵੀ ਠੀਕ ਆ, ਫਿਰ 6 ਆ ਜੌੜੇ ਪੁਲੀ ਢਾਬੇ ਤੇ ਲਾ ਦੂੰਗਾ ਘਰੋਂ ਨਾ ਭੇਜੀ। ਲੈ ਵੀ ਫਿਰ 6,000 ਰੁਪਇਆ ਮਹੀਨਾ ਦਊਂਗਾ ਉਸ ਤੋਂ ਬਾਅਦ ਮੈਂ। ਠੀਕ ਆ, ਦੋ ਕਮਰੇ ਤਿਆਰ ਨੇ। ਠੀਕ ਆ ਠੀਕ ਆ, ਇੱਕ ਕਮਰਾ ਲੜਕਿਆਂ ਦਾ ਜੀ, ਇੱਕ ਲੜਕੀਆਂ। ਬਿਲਕੁਲ ਠੀਕ ਆ। ਲੈ ਬੱਚੇ ਭੇਜੋ ਹੁਣ ਸਕੂਲ। ਚਲੋ ਬਈ ਦਾਖਲਾ। ਹਾਂ ਵੀ ਕਾਕਾ, ਕੀ ਨਾਮ ਤੇਰਾ? ਮੇਰਾ ਨਾਮ ਜੀ ਸੋਨੀ ਖਾਨ। ਸੋਨੀ ਖਾਨ, ਇਧਰੇ ਪਾਸੇ ਬੈਠੋ, ਲੜਕਿਆਂ ਦਾ ਕਮਰਾ ਇਧਰ ਬੈਠੋ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ, ਕੀ ਨਾਮ ਆ ਵੀ ਤੇਰਾ? ਸ਼ੌਕਤ ਅਲੀ ਜੀ। ਸ਼ੌਕਤ ਅਲੀ, ਇਧਰ ਬੈਠੋ। ਠੀਕ ਹੈ ਜੀ, ਇਧਰ ਲੜਕਿਆਂ ਦਾ ਕਮਰਾ। ਮਾਸੀ ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਤੁਹਾਡਾ ਨਾਮ ਕੀ ਹੈ ਬੇਟਾ? ਮੁਹੰਮਦ ਸਲੀਮ। ਇਧਰ ਬੈਠੋ। ਹਾਂ ਵੀ ਲੜਕੀ। ਹਾਂਜੀ ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ, ਤੇਰਾ ਨਾਮ ਕੀ ਆ? ਮੇਰਾ ਸਲਾਮਤੇ ਹੈ ਜੀ। ਸਲਾਮਤੇ, ਇਧਰ ਬੈਠੋ, ਲੜਕੀਆਂ ਦਾ ਕਮਰਾ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ, ਲੜਕੀ ਤੇਰਾ ਨਾਮ ਕੀ ਆ? ਸਾਰਿਕਾ ਖਾਨ ਜੀ। ਉੱਥੇ ਬੈਠੋ ਬੇਟਾ। ਮਾਸਟਰ ਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ, ਤੇਰਾ ਨਾਮ ਕੀ ਆ ਬੇਟਾ? ਮੇਰਾ ਨਾਮ ਨਾਹਿਦ ਖਾਨ। ਬੈਠੋ ਨਾਹਿਦ ਖਾਨ, ਇੱਥੇ ਬੈਠੋ।
ਹਾਂ ਵੀ ਕੀ ਹੋਰ ਰਹਿਣਾ ਹੋਵੇ ਬੱਚਾ? ਮਾਸਟਰ ਜੀ ਹਾਂ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਤੂੰ ਵੀ ਪੜ੍ਹਦਾ ਹੈ ਵੀ? ਹਾਂ ਜੀ ਹਾਂ ਮੈਂ ਵੀ ਪੜ੍ਹਨਾ ਆਇਆ ਜੀ। ਠੀਕ ਆ, ਤੇਰਾ ਨਾਮ ਕੀ ਆ? ਹਾਂ ਜੀ ਤੇਰਾ ਨਾਮ ਕੀ ਲਿਖਾ? ਹਾਂ ਜੀ ਉਹ ਤੇਰਾ ਨਾਮ ਕੀ ਲਿਖਾ? ਮੇਰਾ ਨਾਂ ਜੀ ਲਿਖੋ ਲਿਖਾਓ ਲਿਖੋ ਲਿਖੋ ਉਹ ਲਿਖਾਓ ਉਹ ਲਿਖ ਜਾ ਰਹਾ ਉਹ ਲਿਖਾ ਵੀ ਉਹ ਲਿਖਦਾ ਸਹੀ ਕੁਛ ਉਹ ਮੈਂ ਲਿਖਾਂ ਕੀ ਮੈਂ ਲਿਖਾਵਾਂ ਕੀ ਉਹ ਨਾਂ ਦੱਸ ਕੀ ਇਧਰ ਮੇਰਾ ਨਾਂ ਜੇਠੂ ਅੱਛਾ ਅੱਛਾ ਤੇਰਾ ਨਾਂ ਜੇਠੂ ਆ ਲਿਖਿਓ ਨਾ ਲਿਖਿਓ ਇਹ ਛੋਟੇ ਜਿਹੇ ਹੁੰਦੇ ਦਾ ਨਾਂ ਸੀ ਅੱਛਾ ਹੁਣ ਮੇਰਾ ਮੈਂ ਵੱਧ ਗਿਆ ਨਾਂ ਵੱਧ ਗਿਆ ਅੱਛਾ ਤੂੰ ਵੱਡਾ ਹੋ ਗਿਆ ਨਾਂ ਵੱਡਾ ਹੋ ਗਿਆ ਹੁਣ ਮੇਰਾ ਨਾਂ ਆ ਜੇਠ ਤੇਰਾ ਨਾਂ ਆ ਜੇਠ ਆਪਕੇ ਵਾਲਿਦ ਕਾ ਨਾਮ ਹਾਂ ਜੀ ਆਪਕੇ ਵਾਲਿਦ ਕਾ ਨਾਮ ਨਾ ਬਲਦ ਤਾਂ ਹੈ ਨੀ ਜੀ ਬੁੜੀ ਨਾਲ ਖੇਤੀ ਕਰਦੇ ਆ ਤੇਰੇ ਬਾਪ ਦਾ ਨਾਮ ਕੀ ਆ ਅੱਛਾ ਅੱਛਾ ਤੇਰਾ ਤੇਰਾ ਨਾਂ ਜੇਠ ਤੇਰੇ ਬਾਪ ਦਾ ਨਾਂ ਮੇਰੇ ਬਾਪ ਦਾ ਨਾਂ ਹਾੜ ਤੇਰੇ ਦਾਦੇ ਦਾ ਨਾਂ ਸੌਣ ਤੇਰੀ ਮਾਂ ਦਾ ਨਾਂ ਭਾਦੂ ਮਹੀਨਿਆਂ 'ਚ ਜਾ ਬਣਿਆ ਸਹੀ ਨਾਮ ਦੱਸ ਵੀ ਮੇਰਾ ਨਾਂ ਆ ਜੀ ਬਟੇਰ ਅਲੀ ਵਾਹ ਵੀ ਵਾਹ ਕਿੰਨਾ ਅੱਛਾ ਨਾਂ ਆ ਤੇਰਾ ਬਟੇਰ ਅਲੀ ਹਾਂ ਜੀ ਬਟੇਰ ਅਲੀ ਗੱਲ ਸੁਣ ਲਾ ਵੀ ਇੱਧਰ ਲੜਕਿਆਂ ਦਾ ਕਮਰਾ ਤੇ ਇੱਧਰ ਬੈਠਣਾ ਇੱਧਰ ਲੜਕੀਆਂ ਦਾ ਕਮਰਾ ਅੱਛਾ ਜੀ ਕਿਸੇ ਨੇ ਇੱਕ ਦੂਜੇ ਦੇ ਕਮਰੇ 'ਚ ਨਹੀਂ ਜਾਣਾ ਠੀਕ ਹੈ ਅੱਛਾ ਜੀ ਲੜਕੀਆਂ ਦੇ ਕਮਰੇ 'ਚ ਵਗ ਜਾਵਾਂ ਨਹੀਂ ਉੱਧਰ ਬੈਠਣਾ ਲੜਕਾਂ ਦੇ ਕਮਰੇ 'ਚ ਅੱਛਾ ਹਾਂ ਮੈਂ ਸਭ ਮੈਂ ਬਰਾਂਡੇ 'ਚ ਬਹਿ ਜਾਂਦਾ ਜੀ ਬਿਲਕੁਲ ਨਹੀਂ ਫਿਰ ਪੜ੍ਹੇਗਾ ਕੀ ਤੂੰ ਹਾਂ ਜੀ ਫਿਰ ਪੜ੍ਹੇਗਾ ਕੀ ਮੈਂ ਤਾਂ ਅੰਦਰ ਕਮਰੇ 'ਚ ਪੜ੍ਹਾਊਂਗਾ ਮੈਂ ਦੋਨਾਂ ਕਮਰਿਆਂ 'ਚੋਂ ਸਬਕ ਲੈ ਲਿਆ ਕਰੂੰ ਉੱਥੇ ਬਹਿ ਜਾ ਅੱਛਾ ਲੜਕਿਆਂ ਦੇ ਕਮਰੇ 'ਚ ਇੱਥੇ ਬਹਿ ਜਾ ਜੀ ਇੱਧਰ ਬਹਿ ਜਾ ਮਾਸਟਰ ਜੀ ਹਾਂ ਜਰਦਾ ਹੈਗਾ ਪੂਰਾ ਮਾਸਟਰ ਜਰਦਾ ਬਣਦਾ ਫਿਰਦਾ ਬਹਿ ਜਾ ਇੱਥੇ ਹਾਂ ਬੇਟਾ ਸੋਨੀ ਤੂੰ ਗੱਲ ਸੁਣ ਹਾਂ ਜੀ ਮਾਸਟਰ ਸਭ ਕੇ ਯਾਦ ਕਰੋ ਅਲਿਫ ਅਲਿਫ ਬੇ ਬੇ ਪੇ ਪੇ ਟੇ ਤੇ ਸੇ ਸੇ ਜੀਮ ਜੀਮ ਹੇ ਹੇ ਖੇ ਖੇ ਬੈਠ ਇੱਧਰ ਕੀ ਕਰਨਾ ਆ ਮੈਂ ਤਾਂ ਚੋਪਾ ਲਾਉਂਗਾ ਯਾਰ ਮੇਰੇ ਕੋਲੇ ਸਿਆਹੀ ਮੁੱਖ ਦੀ ਆਪਣੀ ਸਿਆਹੀ ਕਰਉਣਾ ਕਿਆ ਕਰ ਚਾ ਉਧਰ ਹਟਾਇਓ ਮਾਟ ਹਾਂ ਬੇਟਾ ਸ਼ੌਕ ਲਈ ਆਇਆ ਹਾਂਜੀ ਮਾਸਟਰ ਜੀ ਬੋਲੋ ਬੇਟਾ ਅਲਿਫ ਅਲਿਫ ਬੇ ਬੇ ਪੇ ਏ ਟੇ ਏ ਸੇ ਸੇ ਜੀਮ ਜੀਮ ਇਹ ਯਾਦ ਕਰੋ ਠੀਕ ਹੈ ਜੀ ਆਓ ਵੀ ਸਰੀਮ ਖਾਨ ਹਾਂਜੀ ਮਾਸਟਰ ਜੀ ਹਾਂਜੀ ਇਧਰੋਂ ਸਰਦਾਰ ਸਾਹਿਬ 50 ਰੁਪਏ ਗੁਪਤਨ ਪਾਰਟੀ ਦਾ ਮਾਨ ਕਰਦੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਬੋਲੋ ਬੇਟਾ ਅਲਿਫ ਅਲਿਫ ਬੇ ਬੇ ਪੇ ਏ ਟੇ ਏ ਸੇ ਸੇ ਜੀਮ ਜੀਮ ਇਹਨਾਂ ਸਭ ਯਾਦ ਕਰੋ ਹਾਂ ਬੇਟਾ ਸਲਾਮ ਤੇ ਤੂੰ ਇਧਰੋਂ ਬੋਲੋ ਬੇਟਾ ਅਲਿਫ ਅਲਿਫ ਬੇ ਬੇ ਪੇ ਏ ਟੇ ਏ ਸੇ ਸੇ ਜੀਮ ਜੀਮ ਏ ਏ ਖੇ ਖੇ ਇਹਨਾਂ ਯਾਦ ਕਰੋ ਬੇਟੋ ਤੂੰ ਆ ਬੇਟਾ ਇਧਰ ਆ ਗਾ ਸੁਣ ਬੋਲੋ ਬੇਟਾ ਅਲਿਫ ਅਲਿਫ ਬੇ ਬੇ ਪੇ ਟੇ ਟੇ ਕਿਉਂ ਮਾਸਟਰ ਜੀ ਆ ਕੀ ਆ ਗਾ ਇਹਨੂੰ ਕਹਿ ਲੜਕੀ ਦਾ ਨੰਬਰ ਚਾਹੁੰਦਾ ਤੇਰਾ ਨੰਬਰ ਆਊਗਾ ਫੇਰ ਨੰਬਰ ਤੂੰ ਸਾਡਾ ਕਿੱਥੇ ਹੀ ਲਾਵੇ ਯਾਰ ਹੁਣ ਤੇਰੀ ਵਾਰੀ ਆ ਗਈ ਅੱਛਾ ਜੀ ਮੇਰੀ ਵਾਰੀ ਆ ਗਈ ਜੀ ਹਾਂ ਇੱਕ ਗੱਲ ਹੋਰ ਸੁਣ ਲਾ ਹਾਂ ਜੀ ਜਿਵੇਂ ਮੈਂ ਕਹਾਂ ਉਵੇਂ ਕਹਿਣਾ ਤੈ ਜਿਵੇਂ ਤੁਸੀਂ ਕਹੋ ਉਵੇਂ ਕਹੋ ਠੀਕ ਆ ਠੀਕ ਆ ਜੀ ਬੋਲੋ ਬੇਟਾ ਅਲਿਫ
ਬੋਲੋ ਬੇਟਾ ਅਲਿਫ, ਬੋਲੋ ਬੇਟਾ ਬੇ, ਬੋਲੋ ਬੇਟਾ ਬੇ, ਉਹ ਹਰਾਮਜ਼ਾਦੇ, ਉਹ ਹਰਾਮਜ਼ਾਦੇ, ਉਹ ਤੂੰ ਕਿਹਨੂੰ ਕਹਿਣਾ ਓਏ, ਓਏ ਤੂੰ ਕਿਹਨੂੰ ਕਹਿਣਾ ਓਏ, ਮੈਂ ਤਾਂ ਤੈਨੂੰ ਕਹਿਣਾ ਤੇ ਮੈਂ ਤੈਨੂੰ ਕਹਿਣਾ, ਓਏ ਨਹੀਂ ਜਿਵੇਂ ਮੈਂ ਸਭ ਤੇ ਯਾਦ ਕਰਾਵਾਂ ਉਵੇਂ ਕਹਿਣਾ ਤੈ, ਫਿਰ ਜਿਵੇਂ ਤੈ ਕਹਿ ਨਹੀਂ ਕਹਿਣਾ ਜਿਵੇਂ ਮੈਂ ਬੋਲਾਂ ਬੋਲ, ਬੇਟਾ ਨਹੀਂ ਕਹਿਣਾ ਤੈ, ਅੱਛਾ ਅਲਿਫ ਅਲਿਫ ਬੇ ਬੇ ਪੇ ਪੇ ਤੇ ਤੇ ਸੇ ਖੇ ਜੀਮ ਕੇ ਹੇ 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20, 21, 22, 23, 24, 25, 26, 27, 28, 29, 30, 31, 32, 33, 34, 35, 36, 37, 38, 39, 10, 11, 12, 13, 14, 15, 16, 17, 18, 19, 20, 21, 22, 23, 24, 25, 26, 27, 28, 29, 30, 31, 32, 33, 34, 35, 36, 37, 38, 39, 10, 11, 12, 13, 14, 15, 16, 17, 18, 19, 20, 21, 22, 23, 34, 35, 36, 37, 38, 39, 10, 11, 12, 13, 14, 15, 16, 17, 18, 19, 20, 21, 22, 23, 34, 35, 36, 37, 38, 39, 10, 11, 12, 13, 14, 15, 16, 17, 18, 19, 20, 21, 22, 23, 34, 35, 36, 37, 38,
ਅੱਛਾ ਜੀ, ਤੈਂ ਮਗਰੋਂ ਬੱਚੇ ਪੜਾਉਣੇ। ਠੀਕ ਆ, ਠੀਕ ਆ, ਠੀਕ ਆ ਜੀ। ਮੇਰੇ ਅੰਦਰ ਨੂੰ ਬੱਚੇ ਹੈ ਸਭ ਯਾਦ ਕਰਨ, ਮੈਂ ਤੈਂ ਮੈਨੂੰ ਸੁਣਾਇਆ। ਮੈਂ ਕਹਿੰਦਾ ਫਿਕਰ ਨਾ ਮਨ, ਮੈਂ ਤਾਂ ਲਾ ਦੂੰ ਸਕੂਲ 'ਚ ਕਬੂਤਰ ਬੋਲਣਾ। ਲੈ ਮੈਂ ਜਾਵਾਂ, ਮੈਨੂੰ ਬੇਫਿਕਰੀ ਆ। ਜਾਇਆ ਜਾਇਆ, ਲੜਕੀਆਂ ਨੂੰ ਲੜਕੇ ਦੇ ਕਮਰੇ 'ਚ ਰਹਿਣ ਦੇ, ਲੜਕੀਆਂ ਨੂੰ ਲੜਕੇ ਦੇ ਕਮਰੇ 'ਚ। ਠੀਕ ਆ, ਠੀਕ ਆ ਜੀ। ਹੈਲੋ ਰਾਏ, ਹਾਂ ਜੀ ਮਨੀਟਰ ਜੀ, ਐਂ ਦੱਸ ਵੀ ਰੋਟੀ ਕਾਹਦੇ ਨਾਲ ਲੈ ਕੇ ਆਇਆ? ਮੈਂ ਲੈ ਕੇ ਆਇਆ ਸੀ ਆਲੂ ਵਾਲੇ ਪਰੌਂਠੇ। ਲਿਆ ਖਾਈਏ ਫਿਰ। ਮੈਂ ਤਾਂ ਖਾ ਗਿਆ ਜੀ, ਤੁਸੀਂ ਛੁੱਟੀ ਤਾਂ ਕਰੀ ਨਹੀਂ। ਛੁੱਟੀ ਕੀਤੀ ਨਹੀਂ, ਰੋਟੀ ਖਾ ਗਿਆ। ਮੈਨੂੰ ਭੁੱਖ ਲੱਗੀ ਹੋਈ ਸੀ। ਚੱਲ ਬਾਈ ਜਾ, ਉਰੇ ਆ ਬਈ। ਹਾਂਜੀ ਮਨੀਟਰ ਸਾਹਿਬ, ਐਂ ਦੱਸ ਵੀ ਰੋਟੀ ਕਾਹਦੇ ਨਾਲ ਲੈ ਕੇ ਆਇਆ? ਮੈਂ ਰੋਟੀ, ਮੈਂ ਤਾਂ ਚੂਰੀ ਲੈ ਕੇ ਆਇਆ ਜੀ। ਚੂਰੀ? ਹਾਂਜੀ ਹਾਂ। ਲਿਆ ਖਾਈਏ ਫਿਰ। ਮੈਂ ਖਾ ਗਿਆ, ਮੈਨੂੰ ਭੁੱਖ ਲੱਗੀ। ਤੁਸੀਂ ਅੱਧੀ ਛੁੱਟੀ ਕਰੀ ਦੇਣੀ, ਟਾਈਮ ਦੇਖੋ ਕਿੰਨਾ ਹੋ ਗਿਆ। ਇਹ ਟਾਈਮ ਪੀਸ ਤਾਂ ਖੜਾ। ਚਲੋ ਠੀਕ ਆ ਬੈਠਾ। ਹਾਂ ਬਈ ਆ। ਹਾਂ ਜੀ ਮਨੀਟਰ ਸਾਹਿਬ, ਰੋਟੀ ਕਹਿ ਦੇਣਾ ਲੈ ਕੇ ਆਈ ਆ। ਮੱਕੀ ਦੀ ਰੋਟੀ, ਸਰੋਂ ਦਾ ਸਾਗ। ਲਿਆ ਫਿਰ ਖਾਈਏ। ਪਤਾ ਮੈਂ ਖਾ ਗਈ। ਖਾ ਗਈ? ਹਾਂ। ਚਲੇ ਬੈਠ। ਹੈਲੋ ਕਮਨ, ਕਮਨ। ਹਾਂਜੀ ਮਨੀਟਰ ਜੀ। ਹਾਂ ਆਏ ਦੱਸ ਵੀ ਰੋਟੀ ਕਾਹਦੇ ਨਾਲ ਲੈ ਕੇ ਆਈ ਆ? ਮੈਂ ਤਾਂ ਨਿਊਡਲ ਲੈ ਕੇ ਆਈ ਸੀ। ਹਾਂ ਨਿਊਡਲ? ਨਿਊਡਲ ਉਹ ਕੀ ਹੁੰਦਾ? ਜਿਹੜੀ ਸੇਵੀਆਂ ਜੀ ਹੁੰਦੀਆਂ ਨੇ। ਅੱਛਾ ਅੱਛਾ, ਨੂਣ ਵਾਲੀਆਂ ਸੇਵੀਆਂ। ਲਓ ਜੀ ਸਿਆਣੇ ਬੈਠੇ ਨੇ। ਪਹਿਲਾਂ ਕੀ ਕਹੋਤ ਮਸ਼ਹੂਰ ਹੁੰਦੀ ਸੀ, ਕਹਿੰਦੇ ਇਹ ਤਾਂ ਸੇਵੀਆਂ 'ਚ ਨੂਣ ਪਾ ਕੇ ਜਾਊ। ਹੁਣ ਚੱਲੀ ਨੂਣ ਵਾਲੀਆਂ ਪਈਆਂ। ਲਿਆ ਫਿਰ ਖਾਈਏ। ਉਹ ਤਾਂ ਖਾ ਗਈ। ਖਾ ਗਈ? ਹਰਾਮ ਜਾ ਦਿਓ, ਉੱਲੂ ਦਿਓ, ਪੱਠੇ। ਰਸਤੇ 'ਚ ਕਹਿੰਦੀ ਇਹਨੇ ਕਾਇਦਾ ਮੂਹਰੇ ਕਰਤਾ। ਤੁਹਾਨੂੰ ਪਤਾ ਬੱਕਰੀ ਨੂੰ ਮੂੰਹ ਮਾਰ ਹੁੰਦੀ ਆ, ਤੋਂਦੀ ਆ, ਹੁੰਦੀ ਆ। ਉਹਨੇ ਬੱਕਰੀ ਨੇ ਕਾਇਦਾ ਖੋਲਿਆ ਇਹ ਤੋਂ। ਅੱਛਾ, ਉਹ ਕਾਇਦਾ ਪਾੜਤਾ। ਮੈਂ ਹੁਣ ਕਿਸੇ ਕੰਮ ਤਾਂ ਆਉਣਾ ਨੀ। ਮੈਂ ਹੋਰ ਬਰੀਕ ਜੇ ਟੁਕੜੇ ਕੀਤੇ, ਬੱਕਰੀ ਨੂੰ ਚਾਰਤਾ। ਉਰਦੂ ਵਾਲਾ ਕਾਇਦਾ ਬਾ, ਬੱਕਰੀ ਦੇ ਉਰਦੂ ਲੜਕਿਆ ਮਰਜੀ, ਉੱਠੇ ਕਮਰੇ ਦੇ ਮਰਜੀ। ਹੋਰ ਕੀ ਕੀਤਾ ਇਹਨੇ ਵੀ? ਇਹਨੇ ਬਹੁਤ ਸ਼ਰਮ ਵਾਲੀ ਗੱਲ ਹੈ ਜੀ, ਮੈਂ ਤੁਹਾਨੂੰ ਦੱਸਾਂ।
ਮੈਂ ਦੱਸਦੀ ਵੀ ਚੰਗੀ ਨਹੀਂ ਲੱਗਦੀ। ਕੀ ਕੀਤਾ ਦੱਸ ਦੇ ਕੋਈ ਨਾ ਮੈਨੂੰ। ਇਹਨੇ ਟੁੱਟ ਜਾਣੇ ਨੇ ਪਤਾ ਕੀ ਕੀਤਾ? ਕੀ ਕੀਤਾ? ਉਹ ਜਿਹੜਾ ਖੂਹੀ ਤੇ ਡੋਲ ਪਿਆ ਉਹ ਚ ਪਿਸ਼ਾਬ ਕਰਤਾ। ਉਹ ਹਰਾਮ ਜਾਦੇ ਉਹ ਅੱਜ ਦਿੱਤਾ ਉਹ ਝੂਠ ਬੋਲਦੀ ਆ ਮਾਸਟਰ ਜੀ। ਹਾਂ ਝੂਠ ਬੋਲਦੀ ਆ ਜੀ। ਡੋਲ ਚ ਪਿਸ਼ਾਬ ਕੀਤਾ ਇਹਨੇ ਕਹੀ ਮੈਂ ਦੇਖਦੀ ਸੀਗੀ। ਤੂੰ ਮੇਰੇ ਕਿ ਨਹੀਂ ਦੇਖਦੀ ਸੀ? ਦੱਸ ਦੱਸ ਸੱਚੀ ਗੱਲ ਦੱਸ। ਇਹ ਕੀ ਕਹਿੰਦੀ ਆ ਜੀ? ਕਹਿੰਦੀ ਜਿਹੜਾ ਖੂਹ ਦੇ ਉੱਤੇ ਡੋਲ ਰੱਖਿਆ ਹੋਇਆ ਉਹਦੇ ਵਿੱਚ ਇਹਨੇ ਪਿਸ਼ਾਬ ਕਰਤਾ ਬਟੇਰਲੀ ਨੇ। ਮੈਂ ਡੋਲ ਚ ਨਹੀਂ ਜੀ ਪਿਸ਼ਾਬ ਕੀਤਾ। ਹਾਂ ਮੈਂ ਡੋਲ ਚ ਨਹੀਂ ਕੀਤਾ। ਹੋਰ ਕਿੱਥੇ ਕੀਤਾ? ਮੈਂ ਤਾਂ ਖੂਹੀ ਚ ਕੀਤਾ। ਲਓ ਜੀ ਇੱਕ ਜ਼ਰੂਰੀ ਸੂਚਨਾ ਵੀ ਆਪਾਂ ਨੂੰ ਪਰਮਿਸ਼ਨ ਆ 10 ਵਜੇ ਤੋਂ ਤੇ ਕੱਲ ਨੂੰ ਸਾਰੀ ਸੰਗਤ 7:30 ਵਜੇ ਆ ਗਈ। ਕੱਲ ਨੂੰ ਡਰਾਮੇ ਦੀ ਫਰਮਾਇਸ਼ ਆਈ ਆ ਸਾਨੂੰ ਦੁੱਲਾ ਪੱਟੀ ਦੀ ਪੁਰਾਣੇ ਬੰਦਿਆਂ ਨੇ ਸੁਣਿਆ ਵੀ ਇਹੋ ਜਿਹੀ ਗੱਲ ਨਹੀਂ ਕਿ ਹੁਣ ਤੁਹਾਨੂੰ ਪਤਾ ਵੀ ਘੰਟੇ ਦੇ ਵਿੱਚ ਕੋਈ ਡਰਾਮਾ ਸਟੋਰੀ ਤੁਹਾਨੂੰ ਪਤਾ ਹੀ ਆ ਕਿ ਉਹ ਡਰਾਮਾ ਸਟੋਰੀ ਉਹਨਾਂ ਚਿਰ ਨਹੀਂ ਬਣਦਾ ਜਿੰਨਾ ਚਿਰ ਉਹਦਾ ਐਂਡ ਨਾ ਹੋਵੇ। ਕੱਲ ਨੂੰ 6:30 ਵਜੇ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ। ਸਾਰੇ ਆਪਾਂ ਉਹਦੇ ਕੰਮਾਂ ਤੋਂ ਵਿਹਲੇ ਹੋ ਕੇ 6:30 ਵਜੇ ਆ ਜਾਇਓ। ਕੱਲ ਨੂੰ ਤੁਹਾਨੂੰ ਦੁੱਲੇ ਦਾ ਡਰਾਮਾ ਪੂਰਾ ਪੇਸ਼ ਕਰਾਂਗੇ। ਸੋ ਅੱਜ ਮਨੋਰੰਜਨ ਪ੍ਰੋਗਰਾਮ ਕਮੇਡੀ ਗੀਤ 10 ਵਜੇ ਸਹੀ ਪਰਮਿਸ਼ਨ। ਲਓ ਇੱਕ ਕਲੀ ਮਾਣਕ ਦੀ ਗਾਈ ਵੀ ਪਟਕੇ ਦੀ, ਉਸ ਤੋਂ ਬਾਅਦ ਹੋਰ ਰੰਗਾਰੰਗ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ। ਪਟਕਾ ਪੜ ਕੇ ਮੇਰਾ ਲੀਲ ਲੀਲ ਬਣਾਇਆ, ਪਟਕਾ ਪੜ ਕੇ ਮੇਰਾ ਲੀਲ ਲੀਲ ਬਣਾਇਆ, ਤੇਰੇ ਦਾਦਾ ਜੱਟੀਏ ਆਟੇ ਦੋ ਗਜ ਖੱਦਰ ਨੀ ਮੈਂ ਸਦਕੇ, ਤੇਰੇ ਦਾਦਾ ਜੱਟੀਏ ਪਰਤੀਏ ਦੋ ਗਜ ਖੱਦਰ ਨੀ ਮੈਂ ਸਦਕੇ, ਮੇਰੇ ਦਾਦਾ ਮਰ ਗਿਆ ਜਮਾ ਦਾ ਜਾ ਜੋ ਕਿ ਇੱਥੇ ਦੇਖਦੀ ਨਸ਼ੀਨ ਪਲਕ ਮਾਨ ਜੀ
ਸਵਰਗੀਆ ਗੁਰੂ ਸੋਨੀਆ ਮਾਨ ਜੀ, ਉਹਨਾਂ ਦੇ ਚੇਲਾ ਜੀ ਪਲਕ ਮਾਨ ਜੀ ਜੋ ਸਾਡੇ ਦਰਮਿਆਨ ਪਹੁੰਚੇ ਆ, ਅਸੀਂ ਆਪਣੀ ਪਾਲੜੀ ਵੱਲੋਂ ਉਹਨਾਂ ਨੂੰ ਜੀਆ ਆਖਦੇ ਹਾਂ। ਸਲਾਮ ਅਲੈਕੁਮ ਆਦਾਬ। ਸੋ ਇੱਕ ਵਾਰ ਜ਼ੋਰਦਾਰ ਤਾੜੀ ਲਾ ਦੇਣਾ ਨਾ ਦੇ।
ਲਓ ਜੀ ਇਹ ਸੀ ਮਾਨਕ ਸਾਹਿਬ ਦਾ ਗਾਇਆ ਪਟਕਾ ਤੁਹਾਡੇ ਰੂਬਰੂ। ਲਓ ਹੁਣ ਤੁਹਾਡੇ ਸਾਹਮਣੇ ਚਿੱਤਰ ਆ ਗਿਆ। ਹਾਂਜੀ ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਸਰਦਾਰ ਪਵਿੱਤਰ ਸਿੰਘ ਜੀ ASI ਸਾਹਿਬ ਚੌਂਕੀ ਇੰਚਾਰਜ ਆਉਣੀ, ਉਹਨਾਂ ਵੱਲੋਂ ਵੀ ਇਸ ਕਲੀ ਦੇ ਖੁਸ਼ ਹੋ ਕੇ ਸਾਡੀ ਪਾਰਟੀ ਨੂੰ 100 ਰੁਪਇਆ ਮਾਣ ਆਇਆ। ਅਸੀਂ ਸਰਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ ਦਿਲੋਂ ਸ਼ੁਕਰ ਗੁਜ਼ਾਰ ਹਾਂ, ਬਹੁਤ ਹੀ ਮਸ਼ਹੂਰ ਹੈ ਜੀ। ਹਾਂਜੀ ਹਾਂਜੀ ਬਹੁਤ ਸਾਡੇ ਪੁਰਾਣੇ ਮਿੱਤਰ ਸਰਦਾਰ ਜਰਨੈਲ ਸਿੰਘ ਜੀ, ਉਹਨਾਂ ਦੇ ਪੋਤਾ ਵੀ ਆਏ ਨੇ, ਅਤੇ ਪਹਿਲਾਂ ਵੀ ਮਾਣ ਕਰਕੇ ਗਏ, ਫਿਰ ਮਾਣ ਕਰਕੇ ਗਏ, ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਰੱਖਦੇ ਹਾਂ। ਮੈਨੂੰ ਭੈਣ ਭੁਲੇ ਕੇ ਸੱਜਣੇ ਜੀ।
ਪਤਾ ਨਹੀਂ ਕਿਉਂ ਕਬਰਾਂ ਵਿੱਚ ਬਹਿ ਕੇ ਨੱਚਣਾ ਚੰਗਾ ਲੱਗਦਾ ਹੈ। ਪਤਾ ਨਹੀਂ ਕਿਉਂ ਕਬਰਾਂ ਵਿੱਚ ਬਹਿ ਕੇ ਨੱਚਣਾ ਚੰਗਾ ਲੱਗਦਾ ਹੈ। ਹੈਲੋ ਹੈਲੋ ਲਓ ਜੀ, ਇਸ ਤੋਂ ਬਾਅਦ ਇੱਕ ਨਕਲ ਕਮੇਡੀ ਹੋਰ। ਐਂ ਕਰੋ ਭਾਈ, ਇੱਕ ਐਂ ਸੁਸਤ ਬੈਠੀ ਹੋ, ਪਿੰਡ ਵਾਲੇ ਤਾਂ ਸੁਸਤ ਨੇ ਹੈ ਨੀ, ਜਾਇਓ ਲਾਵੇ ਬੇੜਾ ਮਾੜਾ ਜਾ। ਹਾਂ ਰੱਬ ਰਾਜੀ ਰੱਖੇ, ਮਾਣ ਤਾਣ ਕਰੋ, ਸਾਨੂੰ ਪਤਾ ਆ ਹਨੇਰੇ ਚ ਉੱਠਣਾ ਔਖਾ। ਹਾਂ ਜਾਇਓ ਜਾਇਓ। ਹਾਂਜੀ, ਸਾਡੇ ਜੋ ਤੁਹਾਡੇ ਨਗਰ ਦੇ ਮਹੰਤ ਨੇ, ਬਾਬੇ ਨੇ, ਜੋ ਕਿ ਤੁਹਾਡੇ ਖੁਸ਼ੀ ਦੇ ਮੌਕੇ 'ਤੇ ਆਉਂਦੇ ਨੇਗੇ, ਕਿਸੇ ਪੁੱਤਰ ਦਾ ਵਿਆਹ ਹੋਵੇ, ਪੁੱਤਰ ਹੋਇਆ ਹੋਵੇ, ਚੰਗਾ ਮਕਾਨ ਪਾਇਆ ਹੋਵੇ, ਤੁਹਾਡੇ ਦਰਾਂ 'ਤੇ ਤਾਂ ਆਉਂਦੇ ਹੈਗੇ। ਅਤੇ ਇਹਨਾਂ ਵੱਲੋਂ ਸਾਡੀ ਪਾਰਟੀ ਨੂੰ ਬਹੁਤ ਸਾਰਾ ਮਾਣ ਸਤਿਕਾਰ ਆਇਆ, ਅਸੀਂ ਬਾਬਾ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਅਤੇ ਲਓ ਇੱਕ ਕਮੇਡੀ, ਉਸ ਤੋਂ ਬਾਅਦ ਹੋਰ ਜੈਸਾ ਵੀ ਪ੍ਰੋਗਰਾਮ ਕਹੋਗੇ। ਹਾਂ ਜਾਇਆ ਜਾ, ਇੱਥੋਂ ਵਾਢਾ ਧਰ ਲਓ, ਹੌਲੀ 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 ਹੌਲੀ। ਹਾਂ ਰੱਬ ਰਾਜੀ ਰੱਖੇ, ਜਿਹਦੇ ਕੋਲ ਹੈਗੇ ਉਹ ਤਾਂ ਰੱਖੇ ਉਹਨਾਂ, ਠੀਕ ਆ ਕਿ ਨਹੀਂ? ਹਾਂ ਭਾਈ ਬੀਬੀ, ਤੁਸੀਂ ਪੈਸੇ ਲੈ ਕੇ ਆਈ ਹੋ, ਮੇਰੀ ਭੈਣ ਐਂ ਆਇਆ ਕਰੋ, ਚੰਗਾ। ਹਾਂ ਹੌਲੀ ਹੌਲੀ ਜਾਇਆ, ਕਿਉਂ ਹੁਣ ਆਇਆ? ਹਰ ਚੀਜ਼ ਦੀ ਮਹਿੰਗਾਈ ਹੋ ਗਈ। ਰੱਬ ਰਾਜੀ ਰੱਖੀ, ਅਸੀਂ ਆਉਂਦੇ ਹਾਂ ਤੁਹਾਡੇ ਨਗਰਾਂ ਦੇ ਨਾਮਾਂ ਨੂੰ, ਵੀ ਪੁਰਾਣੇ ਅਸੀਂ ਆਉਂਦੇ ਜਾਂਦੇ ਹਾਂਗੇ। ਹਾਂ ਮਾਣ ਤਾਣ ਕਰੋ, ਜਿਹਦੇ ਕੋਲ ਹੈਗੇ ਰੱਖੇ ਉਹਨਾਂ, ਜਿਹਦੇ ਕੋਲ ਨਹੀਂ ਹੈਗੇ ਆਧਾਰੇ ਫੜ ਕੇ ਦੇ ਦਿਓ, ਤੜਕੇ ਨੂੰ ਦੇ ਦਿਓ ਉਹਨੂੰ। ਲਓ ਜੀ, ਤੁਹਾਡੇ ਸਾਹਮਣੇ ਇੱਕ ਨਕਲ। ਚਾਰ ਭਰਾ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਭਰਾ ਗਰੀਬ ਹੋ ਜਾਂਦਾ,
ਉਹ ਆਪਣੇ ਘਰ ਵਾਲੀ ਨੂੰ ਬੁਲਾ ਕੇ ਪੁੱਛਦੇ ਸੀ ਭਾਗਵਾਨ ਨੇ ਗਰੀਬੀ ਦਾ ਕਾਰਨ ਕੀ ਆ, ਤੁਹਾਡੇ ਸਾਹਮਣੇ ਜਵਾਬ ਸਵਾਲ ਹੋਣਗੇ ਤੇ ਰਿਕਾਰਡ ਦੇ ਨਾਲ। ਹਾਂਜੀ ਹਰਦੀਪ ਰਾਉਣੀ, ਸਾਡਾ ਵੀਰ ਹਰਦੀਪ ਰਾਉਣੀ, ਉਹਨਾਂ ਵੱਲੋਂ ਵੀ 100 ਰੁਪਏ ਸਾਡੀ ਪਾਰਟੀ ਨੂੰ ਮਾਣ ਆਇਆ। ਅਸੀਂ ਹਰਦੀਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ ਦਿਲੋਂ ਸ਼ੁਕਰ ਗੁਜ਼ਾਰ ਹਾਂ। ਭਾਗਵਾਨ ਹਾਂਜੀ ਦੱਸੋ ਕੀ ਗੱਲ ਹੈ? ਗੱਲ ਤਾਂ ਮੈਂ ਤੈਨੂੰ ਇਹ ਪੁੱਛਣੀ ਆ ਜੀ, ਦੇਖ ਅਸੀਂ ਆ ਚਾਰ ਭਰਾ ਹੈਗੇ ਹੈਗੇ ਆ ਨਾ ਜੀ, ਜਿਸ ਟਾਈਮ ਚਾਰੇ ਭਾਈ ਅੱਡੋ ਅੱਡ ਹੋਏ ਆਪਾਂ, ਹਾਂਜੀ ਹਾਂਜੀ ਅਲੱਗ ਅਲੱਗ ਹੋਇਆ ਚਾਰੇ ਭਾਈ, ਠੀਕ ਹੈ, ਉਹਨਾਂ ਜਿੰਨੀ ਮੈਨੂੰ ਜ਼ਮੀਨ ਆਈ ਆ ਜੀ, ਉਹਨਾਂ ਜਿੰਨਾ ਮੈਨੂੰ ਪੈਸਾ ਆਇਆ ਹਾਂਜੀ, ਉਹਨਾਂ ਜਿੰਨੀਆਂ ਮੈਨੂੰ ਟੂਮਾਂ ਆਈਆਂ ਨੇ ਜੀ। ਹੁਣ ਤੂੰ ਇਹ ਦੇਖ ਜਿਹੜੇ ਮੇਰੇ ਫਿਰ ਤੋਂ ਵੱਡੇ ਤਿੰਨ ਭਰਾ ਨੇ ਜੀ, ਵਧੀਆ ਕੋਠੀਆਂ ਪਾ ਲਈਆਂ, ਕਾਰਾਂ ਗੱਡੀਆਂ ਨੇ ਕੋਲੇ, ਟਰੈਕਟਰ ਘਰਦੇ ਨੇ, ਵਧੀਆ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚੇ ਪੜ੍ਹਦੇ ਆ ਹਾਂਜੀ। ਮੈਂ ਤੈਨੂੰ ਭਾਗਵਾਨ ਇਹ ਪੁੱਛਦਾ, ਮੈਨੂੰ ਇਹ ਦੱਸ ਭਾਗਵਾਨ, ਮੈਂ ਗਰੀਬ ਕਿਉਂ ਹੋਇਆ? ਵੀ ਗਰੀਬੀ ਦਾ ਕਾਰਨ ਪੁੱਛਦੇ ਹੋ? ਗੱਲ ਸੁਣੋ ਜੀ, ਬੁੜੀਆਂ ਦਾ ਕੰਮ ਹੁੰਦਾ ਘਰ ਦੇ ਕੰਮਾਂ ਬਾਰੇ ਸੋਚਣਾ, ਇਹ ਤੁਸੀਂ ਖੁਦ ਸੋਚੋ ਵੀ ਤੁਹਾਡੇ ਵਿੱਚ ਕੀ ਨੁਕਸਾਨ। ਭਾਈ ਸਾਹਿਬ ਸਤਿ ਸ੍ਰੀ ਅਕਾਲ, ਗੁਰ ਪ੍ਰਕਾਸ਼, ਭਾਬੀ ਜੀ ਸਲਾਮੁਅਲੈਕਮ। ਭਾਈ ਸਾਹਿਬ ਤੁਸੀਂ ਕੌਣ? ਮੈਂ ਪਛਾਣਿਆ ਨੀ, ਪਛਾਣਿਆ ਨੀ, ਮੈਂ ਗੁਆਂਢੀ ਆ ਜੀ। ਅੱਛਾ ਗੁਆਂਢੀ ਹੋ? ਹਾਂ ਜੀ ਹਾਂ ਗੁਆਂਢੀ ਆ। ਮੈਂ ਬਹੁਤ ਖੁਸ਼ ਹੋਇਆ। ਅੱਛਾ ਜੀ, ਤੁਹਾਨੂੰ ਇਕੱਠੇ ਦੇਖ ਕੇ, ਨਹੀਂ ਤਾਂ ਇਹ ਜੇ ਟਾਈਮ ਤੁਹਾਡੇ ਲਾਲਾ ਲਾਲਾ ਹੁੰਦੀ ਆ, ਇਹਦੇ ਹੱਥ 'ਚ ਫੂਕਣੀ ਹੁੰਦੀ ਆ, ਤੇਰੇ ਹੱਥ 'ਚ ਡਾਂਗ ਹੁੰਦੀ ਆ, ਗੱਤਕਾ ਹੀ ਖੇਡਦੇ ਹੁੰਦੇ ਹੋ। ਸਹੀ ਗੱਲ ਆ, ਹੁਣ ਤਾਂ ਯਾਰ ਕੋਈ ਛਡਾਉਣ ਵੀ ਨਹੀਂ ਆਉਂਦਾ ਆਂਢੀ ਗੁਆਂਢੀ। ਹਾਂ ਲੈ ਮੈਂ ਤੈਨੂੰ ਗੱਲ ਦੱਸਾਂ ਸੱਚੀ। ਹਾਂ ਦੇਖੋ, ਕਹਿੰਦਾ ਜਿਹੜਾ ਗੁਆਂਢੀ ਹੁੰਦਾ ਅੱਧਾ ਘਰ ਹੁੰਦਾ, ਮੈਂ ਤਾਂ ਸਾਰਾ ਹੀ ਆ। ਤੋ ਤੈਨੂੰ ਦੇਖ, ਅਸੀਂ ਆ ਚਾਰ ਭਰਾ, ਠੀਕ ਆ, ਚਾਰੇ ਭਾਈ, ਜਦ ਅਸੀਂ ਅਲੱਗ ਅਲੱਗ ਹੋਇਆ, ਅੱਡੋ ਅੱਡ ਹੋਇਆ, ਉਹਨਾਂ ਜਿੰਨੀ ਮੈਨੂੰ ਜ਼ਮੀਨ ਆਈ ਆ, ਓਨੇ ਹੀ ਪੈਸੇ ਆਏ ਨੇ, ਓਨੀਆਂ ਹੀ ਟੂਮਾਂ ਆਈਆਂ ਨੇ। ਹੁਣ ਮੇਰੇ ਜਿਹੜੇ ਮੇਰੇ ਤੋਂ ਵੱਡੇ ਤਿੰਨ ਭਰਾ ਨੇ, ਦੇਖ ਵਧੀਆ ਕੋਠੀਆਂ ਨੇ, ਵਧੀਆ ਕਾਰਾਂ ਨੇ, ਟਰੈਕਟਰ ਘਰੇ ਖੜੇ ਨੇ, ਵਧੀਆ ਸਕੂਲਾਂ 'ਚ ਉਹਨਾਂ ਦੇ ਬੱਚੇ ਪੜ੍ਹਦੇ ਆ। ਮੈਂ ਮੇਰੇ ਘਰ ਵਾਲੀ ਨੂੰ ਇਹ ਪੁੱਛਦਾ ਵੀ ਭਾਗਵਾਨ ਨੇ ਮੈਨੂੰ ਇਹ ਦੱਸ ਵੀ ਮੈਂ ਗਰੀਬ ਕਿਉਂ ਹੋਇਆ? ਹਾਂ ਭਾਈ ਇੱਧਰ ਆ, ਅੱਛਾ ਜੀ ਤੂੰ ਇਹਨੂੰ ਦੱਸ ਵੀ ਇਹ ਤੇਰੇ ਕਿਉਂ ਹੋਇਆ? ਗਰੀਬ? ਅੱਛਾ ਗਰੀਬ, ਇਹ ਗਰੀਬੀ ਦਾ ਕਾਰਨ ਮੈਂ ਦੱਸ ਦਿੰਦਾ। ਦੱਸੋ। ਦੇਖ ਭਾਈ ਸਾਹਿਬ, ਤੂੰ ਤਾਂ ਪੀ ਜਾਂਦਾ 1000-1200 ਦੀ ਸ਼ਰਾਬ ਡੇਲੀ, ਬਿਨਾਂ ਡੇਲੀ ਯਾਰਾਂ ਦੋਸਤਾਂ ਨੂੰ ਬੁਲਾਉਣਾ ਨਾਲ। ਇਹ 2000 ਰੁਪਈਆ ਚੱਕਦੀ ਆ ਬਿਊਟੀ ਪਾਰਲਰ ਚੋਂ, ਨਹੀਂ ਆਉਂਦੀ ਇਹ ਖੰਨਿਆਂ ਨੂੰ ਛੇਤੀ ਮੁੜਦੀ। ਜਿਹੜੇ ਘਰ ਚੋਂ 3000 ਰੁਪਈਆ ਨਿਕਲੂ ਰੋਜ਼, ਉਹ ਘਰ ਅਮੀਰ ਹੋਊਗਾ? ਨਹੀਂ ਹੁੰਦਾ। ਬਸ ਫਿਰ ਕਾਰਨ ਹੀ ਗਰੀਬੀ ਦਾ ਇਹ ਆ। ਯਾਰ ਮੇਰੀ ਗੱਲ ਸੁਣ, ਮੈਂ ਦੇਖ ਆਪਣੇ ਭਾਈਆਂ ਦੇ ਬਰਾਬਰ ਦਾ ਹੋਣਾ ਚਾਹੁੰਦਾ, ਉਹਨਾਂ ਵਰਗੀ ਕੋਠੀ, ਉਹਨਾਂ ਵਰਗੀਆਂ ਗੱਡੀਆਂ ਕਾਰਾਂ ਨੂੰ ਹੁਣ ਮੇਰੇ ਕੋਲੇ ਵੀ ਉਹਨਾਂ ਦੇ ਬਰਾਬਰ ਹੋਣਾ ਚਾਹੁੰਦਾ, ਬਰਾਬਰ ਹੋਣਾ ਚਾਹੁੰਦਾ। ਇਹ ਮੇਰੀ ਸਕੀਮ ਮੰਨੇਗਾ? ਦੱਸ। ਦੇਖ ਤੁਹਾਡਾ ਨੀ ਹੈਗਾ ਸੋਥਾ, ਅਸਫਾਕ ਨੀ ਹੈਗਾ, ਇਹ ਜਿਹੜੀ ਤੀਨੀ ਆਦਮੀ ਦੀ ਜੋੜੀ ਹੈ, ਇੱਕ ਬਾਦਸ਼ਾਹ ਵਜ਼ੀਰ ਦੀ ਜੋੜੀ ਹੈ। ਜੇ ਤਾਂ ਵਜ਼ੀਰ ਬਾਦਸ਼ਾਹ ਦੇ ਕਹਿਣੇ ਚ ਚੱਲੂ ਤਾਂ ਰਾਜ ਚੱਲਦਾ, ਜੇ ਬਾਦਸ਼ਾਹ ਵਜ਼ੀਰ ਦੇ ਕਹਿਣੇ ਚ ਚੱਲੂ ਤਾਂ ਰਾਜ ਚੱਲਦਾ। ਐਂ ਕਰਦੀ ਕਬੀਲਦਾਰੀ ਆ। ਉਹ ਕਿਵੇਂ? ਐਂ ਕਰ ਕਾਕਾ, ਅੱਜ ਤੋਂ ਤੂੰ ਸ਼ਰਾਬ ਛੱਡ। ਲੈ ਮੈਂ ਸ਼ਰਾਬ ਨੀ ਪੀਂਦਾ।
ਲੈ ਭਾਈ ਤੂੰ ਆਪਣਾ ਪਾਰਲਰ ਚ ਜਾਣਾ ਛੱਡ। ਚਮਾ ਨਹੀਂ ਕਰਦੀ। ਜਦੋਂ ਤੇਰੇ ਪਾਰਲਰ ਦਾ ਹੌਲ ਉੱਠੇ, ਹਾਂਜੀ, ਚੁੱਲ੍ਹੇ ਕੋਲੇ ਬਹਿ ਗਈ, ਅੱਛਾ, ਦੋ ਕੁ ਮੁੱਠੀਆਂ ਸਵਾਹ ਲੀਆਂ ਇੱਧਰ ਮਲ ਲਈਆਂ, ਦੋ ਇੱਧਰ ਮਲ ਲਈਆਂ, ਕੁਛ ਸਿਰ ਚ ਪਾ ਲਈ। ਉੱਥੇ ਸਵਾਹ ਕੀ ਹੁੰਦਾ। ਠੀਕ ਹੈ, ਠੀਕ ਹੈ ਜੀ। ਲੈ ਇੱਕ ਤੁਹਾਡਾ ਸੋਥਾ ਨਹੀਂ ਹੈਗਾ। ਉਹ ਕਿਵੇਂ? ਹਾਂਜੀ, ਸਾਡੇ ਬਹੁਤ ਹੀ ਮਾਣਯੋਗ, ਸਤਿਕਾਰਯੋਗ, ਪੂਜਨਯੋਗ, ਜਿਨ੍ਹਾਂ ਨੇ ਇਸ ਪਿੰਡ ਦਾ ਨਾਂ ਬਲਕਿ ਬਹੁਤ ਦੂਰ ਤੱਕ ਪੂਰੇ ਇੰਡੀਆ ਦੇ ਵਿੱਚ ਨਾਂ ਫੇਮਸ ਕਰਿਆ, ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਪਹਿਲਵਾਨ ਸਰਦਾਰ ਅਮਰੀਕ ਸਿੰਘ ਰਾਣੀ ਸਾਡੇ ਦਰਮਿਆਨ ਪਹੁੰਚਿਆ। ਅਸੀਂ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਦਾ ਯੂਅਰ ਮੋਸਟ ਵੈਲਕਮ। ਸੋ ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਇਹਨਾਂ ਦੇ ਨਾਲ। ਵਾਹਿਗੁਰੂ, ਕਿਆ ਬਾਤ। ਜਿਨ੍ਹਾਂ ਨੇ ਤੁਹਾਡੇ ਨਗਰ ਦਾ ਨਾਂ ਦੇਸ਼ਾਂ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਕਰੇ। ਸਤਿ ਸ਼੍ਰੀ ਅਕਾਲ ਜੀ। ਵੀ ਸਾਡਾ ਏਕਾ ਸੁੱਥਾ ਨੀ, ਤੁਹਾਡਾ ਇਤਫਾਕ ਨਹੀਂ ਹੈਗਾ। ਫਿਰ ਇਤਫਾਕ ਕਿਵੇਂ ਹੋਊ ਸਾਡਾ? ਲੈ ਕਾਕਾ, ਤੁਹਾਡਾ ਇਤਫਾਕ ਨਹੀਂ ਹੈਗਾ। ਫਿਰ ਤੂੰ ਕਰਾ ਸਕਦਾ ਸਾਡਾ ਇਤਫਾਕ? ਹਾਂਜੀ, 500 ਰੁਪਇਆ ਸਰਦਾਰ ਅਮਰੀਕ ਸਿੰਘ ਜੀ, ਪਹਿਲਵਾਨ ਸਾਹਿਬ, ਕੋਚ ਸਾਹਿਬ, 500 ਰੁਪਇਆ ਸਾਡੀ ਪਾਰਟੀ ਨੂੰ ਮਾਣ ਭੇਜਦੇ ਆ। ਦਾਤਾ ਚੜ੍ਹਦੀਆਂ ਕਲਾ ਰੱਖੇ ਹਰਮਦਾਨ, ਇਹਨਾਂ ਨੂੰ ਔਰ ਇਹਨਾਂ ਦੇ ਚੇਲਿਆਂ ਨੂੰ ਦਾਤਾ ਹਰਮਦਾਨ ਫਤਿਹ ਬਖਸ਼ੇ। ਭਾਈ ਸਾਹਿਬ, ਤੁਸੀਂ ਸਾਡਾ ਇਤਫਾਕ ਕਰਾ ਸਕਦੇ ਹੋ? ਕਾਕਾ, ਤੁਸੀਂ ਇੱਕ ਦੂਜੇ ਦੇ ਮਗਰ ਲੱਗੋ। ਕਿਵੇਂ? ਯਾ ਤਾਂ ਤੂੰ ਲੱਗ ਇਹਦੇ ਮਗਰ, ਅੱਛਾ, ਜਿਹੜੀ ਗੱਲ ਕਹੇ ਤੈਨੂੰ ਮੰਨਣੀ। ਹਾਂਜੀ। ਯਾ ਭਾਈ, ਤੂੰ ਲੱਗ ਇਹਦੇ ਮਗਰ, ਜਿਹੜੀ ਗੱਲ ਕਹੇ ਮੰਨਣੀ ਪਊ। ਨਹੀਂ ਐ ਕਰ, ਇਹ ਦੋਏ ਗੱਲਾਂ ਛੱਡ, ਇਹਨੂੰ ਮੇਰੇ ਮਗਰ ਲਾ। ਆਪਦਾ ਉਲੂ ਸਿੱਧਾ ਕਰ ਲੈ, ਮੇਰੀ ਗੱਲ ਲੈ। ਜੀਰੀ ਆਉਣ ਤੋਂ ਪਹਿਲਾਂ ਪਹਿਲਾਂ ਅਮੀਰ ਹੋਏ ਨਾ ਵੀ ਨਾ, ਮੇਰੀ ਗੱਲ ਸੁਣ, ਮੇਰਾ ਟੱਬਰ ਆ, ਮੇਰੇ ਮਗਰ ਹੀ ਰਹੋ। ਹਾਂਜੀ, ਜਿਹੜੇ ਸਾਡੇ ਵੀਰ ਬਜ਼ੁਰਗ ਕੋਠੇ ਤੇ ਬੈਠੇ ਆ ਉੱਪਰ, ਇੱਥੋਂ ਬਿਜਲੀ ਵਾਲੀ ਤਾਰ ਜੀ ਆਉਂਦੀ ਆ, ਮਾੜਾ ਜਿਹਾ ਦੇਖ ਲਿਓ, ਬੜੀ ਮਿਹਰਬਾਨੀ। ਹਾਂਜੀ, ਕੋਕੇ ਲੱਗੇ ਹੋਏ ਨੇ ਉਹਦੇ ਚ, ਹੁਣ ਤਾਂ ਬਿਜਲੀ ਵੀ ਕੋਕਿਆਂ ਨਾਲ ਹੀ ਆਉਂਦੀ ਆ ਜੀ। ਹਾਂਜੀ, 100 ਰੁਪਇਆ ਸਾਡੇ ਬਾਬਾ ਜੀ ਪਲਕ ਮਹੰਤ ਜੀ, ਪਹਿਲਾਂ ਵੀ 100 ਤੇ 100 ਰੁਪਇਆ ਹੋਰ ਮਾਣ ਕਰਦੇ ਆ, ਸੋ ਬੜੇ ਧੰਨਵਾਦੀ ਆ, ਸ਼ੁਕਰ ਗੁਜ਼ਾਰ। ਹਾਂ ਕਾਕਾ, ਮੇਰਾ ਟੱਬਰਾ ਮੇਰੇ ਮਗਰ ਹੀ ਰਹੂ। ਫਿਰ ਦੋਏ ਜੀ ਇਤਫਾਕ ਕਰੋ। ਹਾਂ ਭਾਗਵਾਨ, ਅੱਜ ਤੋਂ ਬਾਅਦ ਤੂੰ ਮੇਰੇ ਮਗਰ ਆ। ਹਾਂ ਜੀ, ਮੈਂ ਤੁਹਾਡੀ ਮਗਰ ਆ। ਠੀਕ ਆ। ਲੈ ਦੇਖ, ਤੈਂ ਦਾਰੂ ਛੱਡਤੀ, ਛੱਡਤੀ, ਤੈਂ ਭਾਈ ਪਾਰਲਰ 'ਚ ਜਾਣਾ ਛੱਡਤਾ, ਤੁਹਾਡਾ ਰੁਪਈਆ 3000 ਬਚ ਗਿਆ, 90,000 ਮਹੀਨੇ ਦਾ ਬਚੂ, 10,80,000 ਸਾਲ ਦਾ ਬਚੂ, 2 ਸਾਲਾਂ 'ਚ ਕੋਠੀ ਪਾ ਲਓਗੇ, 3 ਸਾਲ ਬੈਜੂ ਦੇਣ ਲੱਗ ਜਾਂਦਾ। ਕਦੇ ਸੋਚੀ ਨਹੀਂ ਗੱਲ, ਫਿਰ ਇਹ ਸੋਚਣ ਵਾਲੀਆਂ ਗੱਲਾਂ ਨੇ। ਲੈ ਵੀ ਇੱਕ ਗੱਲ ਹੋਰ ਸੁਣ ਲਾ ਭਗਵਾਨ, ਅੱਜ ਤੋਂ ਬਾਅਦ ਆਪਾਂ ਖਰਚਾ ਵੀ ਘੱਟ ਕਰਨਾ। ਹਾਂ, ਖਰਚਾ ਘੱਟ ਕਰੋ, ਠੀਕ ਹੈ ਨਾ? ਠੀਕ ਹੈ ਜੀ। ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲਾ। ਹਾਂਜੀ, ਖਰਚਾ ਘੱਟ ਪਤਾ ਕਿਵੇਂ ਕਰਨਾ? ਕਿਵੇਂ? ਅੱਜ ਤੋਂ ਬਾਅਦ ਆਟਾ ਛਾਣ ਕੇ ਨਾ ਗੁੰਨੀ, ਵਿੱਚ ਥੋੜੀ ਜਿਹੀ ਤੂੜੀ ਪਾ ਲਿਆ ਕਰੀ। ਉਹਦਾ ਕੀ ਮਤਲਬ? ਆਟੇ ਦਾ ਵਾਧਾ ਹੋ ਜਾਊਗਾ, ਬਿਮਾਰ ਹੋ ਜਾਓਗੇ, ਸਿਵਲ ਹਸਪਤਾਲ 'ਚ ਦਾਖਲ ਹੋ ਜਾਓਗੇ, ਦੁੱਧ ਡਾ ਰੋਟੀਆਂ ਮੁਫਤ ਮਿਲਣਗੀਆਂ। ਨਹੀਂ ਨਹੀਂ, ਉੱਥੇ ਵੀ ਪੈਸੇ ਬਚਣ ਨੂੰ। ਮੇਰੀ ਗੱਲ ਸੁਣੋ ਜੀ, ਮੈਂ ਲਿਆ ਕਰੂੰ ਪਾਈਆ ਦਾਲ ਮੂੰਗੀ ਮਸਰੀ ਦੀ। ਠੀਕ ਹੈ, 25 ਰੁਪਏ ਦੀ ਪਾਈਆ ਲਿਆ ਕਰਾਂਗੇ। ਠੀਕ ਹੈ, ਪਤਲੀ ਜੀ ਬਣਾ ਲਿਆ ਕਰੇ, 3-4 ਡੰਗੂ ਵੀ ਖਾ ਲਿਆ ਕਰਾਂਗੇ। ਬਹੁਤ ਠੀਕ ਹੈ ਜੀ, ਠੀਕ। 2 ਰੋਟੀਆਂ ਬਣਾਉਣੀਆਂ, 4। ਉਹ ਪਾਈਆ ਦਾਲ ਕਿਵੇਂ, ਦਾਲ ਕਿਵੇਂ?
ਮਹਾ ਮੇਰੀ ਗੱਲ ਸੁਣ ਲਾ, ਆਪਾਂ ਕਰਨਾ ਖਰਚਾ ਘੱਟ ਰੁਪਈਏ ਜੋੜ ਲਈ। 25 ਰੁਪਏ ਦੀ ਅੱਡੇ ਤੋਂ ਪਾਈਆ ਦਾਲ ਲਿਆਂਦੀ ਮੂੰਗੀ ਮਸਰੀ ਦੀ, ਪਤਲੀ ਜੀ ਬਣਾ ਲਈ, ਤਿੰਨ ਚਾਰ ਡੰਗ ਉਹੀ ਖਾ ਲਈ। 25 ਦੀ ਦਾਲ ਲਿਆਉਂਗੇ 50 ਉੱਤੇ ਲੱਗਣਗੇ, 75 ਰੁਪਈਆਂ ਦੀ ਦਾਲ ਖਾ ਕੇ ਕਦੋਂ ਅਮੀਰ ਹੋਏਗਾ ਫਿਰ? ਕੋਈ ਤੁਸੀਂ ਦੱਸੋ ਕੋਈ ਸਸਤੀ ਦਾਲ। ਮੈਂ ਦੱਸਦਾ, ਹਾਂਜੀ ਐਂ ਕਰੋ, 10 ਰੁਪਈਏ ਦੇ ਕਾਲੇ ਛੋਲੇ ਲੈ ਲਓ ਬਈ, ਆਹ ਨਾਲੇ ਤਾਕਤਵਰ ਹੁੰਦੇ, ਨਾਲੇ 10 ਮਿੰਟ ਤਾਂ ਬਾਹਲੀ ਤਾਕਤ ਹੋਊ, ਖਬਰਾਂ ਤੁਸੀਂ ਜਿਮ ਜਾਣ ਲੱਗ ਜਾਓ। ਹਾਂ ਠੀਕ ਆ ਜੀ, ਫਿਰ ਉਹ ਭਾਈ ਕੰਮ ਤੇਰਾ। ਅੱਛਾ, ਉਹ ਛੋਲੇ ਦੀ ਭਿਓ ਜੀ ਜਦੋਂ ਭਿੱਜ ਗਏ ਸੂਈ ਦੇ ਵਿੱਚ ਤਾਗਾ ਪਾ ਕੇ, ਹਾਂਜੀ ਕੱਲਾ ਕੱਲਾ ਦਾਣਾ ਪਰੋਦੀ, ਠੀਕ ਹੈ, ਉਹ ਤਾਗੇ ਨੂੰ ਗੱਠ ਜੀ ਦੇ ਦੀ, ਕਹਾੜ ਜਿਹਾ ਬਣ, ਠੀਕ ਹੈ। ਉਧਰੋਂ ਕੁੱਕਰ ਦੇ ਵਿੱਚ ਪਾਣੀ ਪਾਇਆ, ਨੂਣ ਮਿਰਚ ਮਸਾਲਾ ਪਾਇਆ, ਜਦ ਮਾਰੀਆਂ ਪਾਣੀ ਨੇ 2-3 ਵਾਲੀਆਂ, ਹਾਂਜੀ ਛੋਲਿਆਂ ਨੂੰ ਵਿੱਚ 2 ਕਗੇੜੇ ਦਿੱਤੇ, ਮਗਰੋਂ ਕੀਲੇ ਟੰਗ ਤੇ 4 ਮਹੀਨੇ ਨੀ ਖੁੱਲਦੇ ਵੀ ਛੋਲੇ ਤਾਂ ਭਾਈ ਖਾਧੇ ਜੀ ਗਏ, ਉਹਨਾਂ ਦਾ ਸੂਫ ਪੀਓ ਬੋਲ 10 ਰੁਪਈਏ ਦੇ ਛੋਲੇ, ਠੀਕ ਹੈ ਜੀ ਠੀਕ। ਇੱਕ ਗੱਲ ਹੋਰ ਸੁਣਾ ਭਗਵਾਨ ਨੇ, ਅੱਜ ਤੋਂ ਬਾਅਦ ਸਿਰਫ 4 ਰੋਟੀਆਂ ਬਣਾਉਣੀਆਂ, ਠੀਕ ਹੈ, ਪੰਜਵੀਂ ਰੋਟੀ ਨਹੀਂ ਬਣਾਉਣੀ, ਠੀਕ ਹੈ, 2 ਤੇਰੀਆਂ 2 ਮੇਰੀਆਂ, ਠੀਕ ਹੈ, 4 ਰੋਟੀਆਂ, ਠੀਕ ਹੈ, ਮਾਰਿਆ ਜਾਵੇਗਾ, ਮਾਰਿਆ ਜਾਵੇਗਾ ਬਾਈ, ਕੀ ਗੱਲ? ਆ ਜਿਹੜਾ ਕਹਿੰਦਾ 4 ਰੋਟੀਆਂ 2 ਤੇਰੀਆਂ 2 ਮੇਰੀਆਂ, ਆਪਦੀਆਂ ਤਾਂ ਲਾ ਦੂ 2-2 ਪੇੜੇ ਜੋੜ ਕੇ, 4 ਰੋਟੀਆਂ ਦੀਆਂ 2 ਬਣਾਇਆ ਕਰੂ, ਤੇਰੇ ਲਾ ਦੂ ਫੁਲਕੇ ਜਿਹੇ ਜੇ ਰੋਜ਼ ਲਾਉਂਦੀ ਆ, 15 ਕੁ ਦਿਨ 2 ਰੋਟੀਆਂ ਖਾਣ ਦੀ ਲੋੜ ਆ, ਫਿਰ 16ਵੇਂ ਦਿਨ ਤੇਰਾ ਡੀਪੂ ਬੋਲ ਜੂ, ਅੱਛਾ ਇਹਦੇ ਤੇ ਚਾਦਰ ਮੈਨੂੰ ਪਾਉਣੀ ਪਊ। ਸਿੱਧਾ ਗੱਲ, ਰੋਟੀ ਰੱਜਵੀਂ ਯਾਰ, ਠੀਕ ਹੈ ਜੀ ਰੋਟੀ ਰੱਜਵੀਂ ਖਾਵਾਂ। ਇੱਕ ਗੱਲ ਹੋਰ ਸੁਣ ਲਾ, ਹਾਂਜੀ ਅੱਜ ਤੋਂ ਬਾਅਦ ਆਪਾਂ ਕਿਸੇ ਰਿਸ਼ਤੇਦਾਰ ਦੇ ਨਾਲ ਤਾਂ ਜਾਣਾ ਨਾ ਕਿਸੇ ਨੂੰ ਆਉਣ ਦੇਣਾ, ਹਾਂ ਫੇਰ ਖਰਚਾ ਜੇ ਤਾਂ ਆਵੇ ਤੇਰੇ ਪੇਕਿਆਂ ਚੋਂ ਜੀ, ਡਾਂਗ ਚੱਕ ਕੇ ਮੈਂ ਲਾਲਾ ਲਾਲਾ ਲੱਗਿਆ ਗੁਰੂ ਕਰਨ, ਠੀਕ ਹੈ, ਕੋਈ ਮਾਰੀ ਜਾਊ ਕੰਧ ਚ, ਹਾਂਜੀ 2-4 ਗਾਲਾਂ ਕੱਢ ਦੂ ਤੈਨੂੰ, ਠੀਕ ਹੈ, ਜੇ ਕੋਈ ਆਵੇ ਮੇਰੇ ਭਾਈਚਾਰੇ ਚੋਂ ਫਿਰ ਮੈਂ ਸਿਰ ਬੰਨ ਕੇ ਪੈ ਜਾ ਕਰੂ, ਸਾਂਝਾ ਬਿੱਲਾ ਜਦ ਮਰਜ਼ੀ ਖਾ ਜੇ, ਘਰੇ ਤਾਂ ਕੋਈ ਵੜਨ ਨੀ ਦੇਣਾ ਮਹਿਮਾਨ, ਜਿਹੜਾ ਸਾਡਾ ਬਾਹਰਲਾ ਮੇਨ ਗੇਟ ਆ ਉਹਨੂੰ ਬਾਹਰੋਂ ਜਿੰਦਾ ਲਾ ਕੇ ਰੱਖਾਂਗੇ, ਅਗਲਾ ਕੰਮ ਟੱਪ ਕੇ ਆਜੂ। ਲੈ ਇੱਕ ਗੱਲ ਹੋਰ ਸੁਣੋ, ਅੱਜ ਤੋਂ ਬਾਅਦ ਭਗਵਾਨ ਨੇ ਦੇਖ ਸ਼ਰਾਬ ਤਾਂ ਮੈਂ ਛੱਡਤੀ, ਠੀਕ ਹੈ, ਹੁਣ ਮੈਂ ਖੇਤੀ ਦਾ ਕੰਮ ਆਪ ਕਰੂੰ, ਠੀਕ ਹੈ, ਠੀਕ ਆ, ਠੀਕ ਹੈ, ਸਵੇਰੇ ਹਾਜ਼ਰੀ ਦੀ ਰੋਟੀ ਮੈਂ ਘਰੋਂ ਖਾ ਕੇ ਜਾਇਆ ਕਰੂੰ 8 ਵਜੇ, ਜੀ ਦੁਪਹਿਰ ਦੀ ਰੋਟੀ 12 ਵਜੇ ਤੱਕ ਖੇਤ ਲੈ ਕੇ ਆਉਣਾ, ਨਾਲੇ ਮੇਰੇ ਨਾਲ ਥੋੜਾ ਬਹੁਤਾ ਕੰਮ ਕਰਾਇਆ ਜਿੰਨਾ ਵੀ ਤੂੰ, ਠੀਕ ਹੈ ਜੀ ਠੀਕ ਆ, ਹੱਥ ਹਟਾਇਆ ਕਰੂੰ, ਜੇ 12 ਵਜੇ ਰੋਟੀ ਨਾ ਆਈ, ਜੇ 12 ਵਜੇ ਰੋਟੀ ਨਾ ਆਈ, ਪ੍ਰਾਹੁਣਾ ਤਾਂ ਬੜਾ ਨੀ ਦੇਣਾ, ਲੈ ਮੈਂ ਚੱਲਿਆ, ਠੀਕ ਆ ਆਪਣੇ, ਠੀਕ ਹੈ ਜੀ ਠੀਕ, ਠੀਕ ਆ ਵੀ ਠੀਕ ਹੈ, ਖੇਤ ਨੂੰ ਚੱਲਿਆ 12 ਵਜੇ ਰੋਟੀ। ਚਾਰ ਪੈਸੇ ਬਚਣ ਨੇ, ਕਹਿੰਦੇ ਯਾਰ ਇੱਕ ਮੱਝ ਕਹਿੰਦੇ 4-5 ਹਜ਼ਾਰ ਰੁਪਏ, ਤੈਨੂੰ ਤਾਂ ਹੀ ਕਹਿਣਾ, ਪਰ ਇੱਕ ਗੱਲ ਸੁਣ ਲਾ, ਖੁਸ਼ੀ ਨੂੰ ਪਤਾ ਨਾ ਲੱਗੇ ਨਿਕਲਿਆ ਕਿ ਉਹਨੂੰ ਆਪਾਂ ਕਰਦਾ, ਚਲੋ ਫਿਰ ਨਾਲੇ ਬੈਠੇ ਆਵਾਂਗੇ, ਨਾਲੇ ਜਲੇਬੀਆਂ ਛਕੇ ਆਵਾਂਗੇ। ਤੈਨੂੰ ਗੱਲ ਦੱਸਾਂ, ਮੈਂ ਦੱਸਾਂ,
ਉਹ ਹਸਤਾ ਮੋਟਰ ਤੇ ਗੇੜਾ ਮਾਰ ਕੇ ਆਉਂਦੇ ਮੋਟਰ ਤੇ ਹਾਂ ਕਹਿੰਦੇ ਰਾਤ ਦੀ ਲਾਈਟ ਹੋਰ ਮੈਂ ਕਿਹਾ ਚੱਲ ਪਾਣੀ ਪੂਣੀ ਚਲੋ ਫਿਰ ਯਾਰ ਮੈਂ ਵੀ ਚੱਲਦਾ ਤੁਹਾਡੀ ਮੋਟਰ ਤੇ ਕਹਿੰਦੇ ਕੱਦੂ ਲੱਗੇ ਵੇ ਨੇ ਕੱਦੂ ਥੋੜੇ ਉੱਥੋਂ ਡੂਢ ਰੁਪਿਆ ਨੀ ਹੁੰਦਾ ਉਹ ਗੱਲ ਸੁਣ ਮੇਰੀ ਤੂੰ ਸਭ ਤੋਂ ਬੜਾ ਯਾਰ ਸਿਆਣਾ ਵੀ ਆ ਸਾਨੂੰ ਕੋਈ ਰਹਿ ਦੇ ਕੰਮ ਹੋਵੇ ਘੱਟ ਰੁਪਈਏ ਬਣਨ ਵੱਧ ਕੰਮ ਹੋਵੇ ਘੱਟ ਰੁਪਈਏ ਹੋਣ ਵੱਧ ਚਿੱਟਾ ਵਿੱਚ ਅੰਦਰ ਕਰਾਉਣਾ ਤੇ ਸਾਨੂੰ ਰੁਪਈਏ ਤਾਂ ਉਹਦੇ ਨਾਲ ਹੀ ਬਣਨਗੇ ਉਹ ਇੱਕ ਨੰਬਰ ਕੰਮ ਕਰਨਾ ਆਪਾਂ ਦੋ ਨੰਬਰ ਕੰਮ ਨੀ ਕਰਨਾ ਇੱਕ ਨੰਬਰ ਭੁੱਕੀ ਨਸ਼ੇ ਜਿੰਨੇ ਸਾਰੇ ਤੇਰੇ ਯਾਦ ਨੇ ਉਹ ਅਸੀਂ ਡਰਮਾ ਡੋਲ ਡਰਮਾ ਡੋਲ ਉਹ ਗੱਲ ਸੁਣ ਮੇਰੀ ਅਸੀਂ ਕੰਮ ਸੋਚਿਆ ਇੱਕ ਕੀ ਵੀ ਮੱਝਾਂ ਦਾ ਵਪਾਰ ਕਰ ਲੈਂਦੇ ਆ ਹਾਂ ਯਾਰ ਵਪਾਰ ਦੇ ਵਿੱਚ ਦੋ ਪੈਸੇ ਹੈਗੇ ਹਨਾ ਹੋਰ ਯਾਰ ਕੋਈ ਮੱਝ 2000 4000 ਰੁਪਈਆ ਛੱਡ ਜਾਂਦੇ ਹੋਰ ਹੁਣ ਵੀ ਤੂੰ ਅਸੀਂ ਤੇ ਇਹ ਕਰਾਂਗੇ ਕੰਮ ਚਲੋ ਯਾਰ ਫਿਰ ਮੈਂ ਵੀ ਵਪਾਰ ਹੀ ਕਰੂੰ ਤੂੰ ਵੀ ਵਪਾਰ ਕਰੇਗਾ ਹਾਂ ਹਾਂ ਮੈਂ ਵੀ ਵਪਾਰ ਉਹ ਅਸੀਂ ਤਾਂ ਮੱਝਾਂ ਦਾ ਵਪਾਰ ਕਰਾਂਗੇ ਹਾਂ ਤੂੰ ਕਾਹਦਾ ਕਰੇਗਾ ਮੈਂ ਤਾਂ ਬਾਈ ਘੱਟਿਆਂ ਦਾ ਕਰੂੰ ਤੇ ਕਿੱਧਰ ਭੇਜੇਗਾ ਯੂਪੀ ਚ ਉਧਰ ਬੰਦ ਹੋ ਗਏ ਹਾਂ ਭਾਈ ਉਧਰ ਉਹਨੇ ਸਾਧ ਨੇ ਬੰਦ ਕਰਤੇ ਜੋਗੀ ਨੇ ਬੰਦ ਕਰਤੇ ਸਮਝ ਆ ਗਈ ਚਲੋ ਯਾਰ ਚੱਲੀਏ ਵਪਾਰ ਕਰ ਤੇਰੇ ਕੋਲ ਪੈਸਾ ਪੂਸਾ ਹੈਗਾ ਕੋਈ ਵਪਾਰ ਕਰਨ ਦਾ ਤੁਰ ਪਿਆ ਕੱਪੜੇ ਤੇਰੇ ਪੂਰੇ ਪਾਏ ਨੀ ਹੋਏ ਤੇਰੇ ਕੋਲ ਪੈਸੇ ਕਿੰਨੇ ਮੇਰੇ ਕੋਲ ਹਜੇ ਨਵਾਂ ਨਵਾਂ ਕੰਮ ਆ 3.5 ਲੱਖ ਰੁਪਇਆ ਹੈਗਾ 3.5 ਲੱਖ ਤੇਰੇ ਕੋਲ ਉਹ 2.5 ਲੱਖ ਮੇਰੇ ਕੋਲ ਆ ਜਾਓ ਹੁਣ ਨੂੰ ਤਾਂ ਖੰਨੇ ਮੰਡੀ ਚੋ ਕੋਈ ਲੱਖ ਦਾ ਖਰੀਦੋ ਕੋਈ ਕੱਖ ਦਾ ਖਰੀਦੋ ਕੋਈ ਜਿੰਨਾ ਮਰਜ਼ੀ ਵੀ ਮਾਲ ਆਪੋ ਆਪਦਾ ਫਿਰ ਖਰਚਾ ਵੀ ਆਪੋ ਆਪਦਾ ਭਾਈ ਉੱਥੇ ਬਾਰੇ ਖਰਚਾ ਕਰੋ ਆਪਾਂ ਇੱਕ ਥਾਵੇਂ ਉਹ ਕਿਉਂ ਖਰਚਾ ਵੰਡ ਲਓ ਉਹ ਖਰਚਾ ਕਿਉਂ ਵੰਡੀਏ ਵੀ ਅੱਜ ਕੱਲ ਮੰਡੀਆਂ ਦੇ ਵਿੱਚ ਵਪਾਰੀ ਘੱਟ ਪਹੁੰਚਦੇ ਨੇ ਠੱਗ ਚੋਰ ਜ਼ਿਆਦਾ ਪਹੁੰਚਦੇ ਇਹ ਤੇਰੀ ਗੱਲ ਮੰਨਣ ਵਾਲੀ ਹੈ ਜੇਬ ਕਤਰੇ ਵੱਧ ਫਿਰਦੇ ਨੇ ਉਹ ਲੈ ਵੀ ਮੇਰੀ ਗੱਲ ਸੁਣੋ ਪਹਿਲੇ ਦਿਨ ਸਾਰਾ ਖਰਚਾ ਮੈਂ ਕਰੂੰਗਾ ਰੋਟੀ ਪਾਣੀ ਦਾ ਕਿਰਾਇਆ ਭਾੜਾ ਠੀਕ ਆ ਦਾਰੂ ਪਹਿਲੇ ਦਾ ਪਹਿਲੇ ਦਿਨ ਸਾਰਾ ਖਰਚਾ ਮੇਰਾ ਵੀ ਤੂੰ ਭਾਈ ਘਰੋਂ ਤਾਕੜਾ ਪਹਿਲੇ ਦਿਨ ਇਹਦਾ ਹੋ ਗਿਆ ਦੂਜੇ ਦਿਨ ਸਾਰਾ ਖਰਚਾ ਮੇਰਾ ਤੀਜੇ ਦਿਨ ਮੁੜ ਜਾਵਾਂਗੇ ਘਰੋਂ ਜਾਈਏ ਖਾ ਕੇ ਬਾਹਰ ਮਿਲਣ ਪਕਾ ਕੇ ਉਹ ਸਿਆਣੇ ਆਏ ਕਹਿੰਦੇ ਨੇ ਘਰੋਂ ਜਾਈਏ ਭੁੱਖੇ ਬਾਹਰ ਨਾ ਵੱਢਣ ਕੁੱਤੇ ਉਹ ਦੋ ਦੋ ਰੋਟੀਆਂ ਖਾ ਲੋ ਯਾਰ ਘਰੇ ਰਿਸ਼ਤੇਦਾਰੀ ਚ ਖਵਾਓ ਤੇਰੀ ਰਿਸ਼ਤੇਦਾਰੀ ਆ ਸ਼ਕੀਰੀ ਕੀ ਸ਼ਕੀਰੀ ਆ ਵੀ ਲੋਕਾਂ ਨੂੰ ਪਤਾ ਲੱਗੇ ਆਪਣੀ ਮਾਸੀ ਦੀ ਧੀ ਧੀ ਦੀ ਭਾਣਜੀ ਭਾਣਜੀ ਦੀ ਭੂਆ ਭੂਆ ਦੀ ਨਾਨੀ ਨਾਨੀ ਦੀ ਦਰਾਣੀ ਦਰਾਣੀ ਦੀ ਗਾਹ ਚਾਚੀ ਮੇਰੀ ਸਾਲੀ ਲੱਗਦੀ ਆ ਟੱਕਰਾਂ ਟੱਕਰ ਵਾਲਦਾ ਨਹੀਂ ਉਹ ਰੋਟੀ ਖਵਾਵੇਗਾ ਵੀ ਚਲੋ ਆ ਜਾ ਫਿਰ ਉਹ ਬੜੇ ਪਾਈ ਆ ਵੀ ਸੋਨੀ ਕੀ ਹੋ ਗਿਆ ਉਹ ਯਾਰ ਮੇਰੀ ਗੱਲ ਸੁਣ ਯਾਰ ਮੈਨੂੰ ਭੁੱਖ ਲੱਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਰੋਟੀ ਖਾ ਕੇ ਚੱਲਾਂ ਉਹ ਖੁਸ਼ੀਆ ਆ ਛੋਟੇ ਭਾਈ ਤਾਂ ਭੁੱਖ ਲੱਗੀ ਯਾਰ ਬਾਈ ਮੇਰਾ ਤਾਂ ਹਜੇ ਫਿਰ ਰਿਸ਼ਤੇਦਾਰੀ ਵਾਲਾ ਪਿੰਡ ਆਊਗਾ ਆਪਣਾ ਅਕੜਾਹਾ ਟੱਪ ਕੇ ਕਰਦੀ ਹੋਈ ਗੱਲ ਫਿਰ ਹੁਣ ਕੀ ਕਰੀਏ ਫਿਰ ਇੱਥੇ ਪਕਾ ਲਓ ਕਿਤੇ ਕਿਸੇ ਕਿਤੇ ਪਕਵਾਈਏ ਹਾਂ ਹਾਂ ਲੈ ਤੂੰ ਸਮਾਨ ਕੋਲ ਬੈਠੀ ਅੱਛਾ ਫਿਰ ਐਂ ਕਰ
ਤੂੰ ਹੀ ਤੈਨੂੰ ਇਹ ਡਾਂਡਾ ਹੁਣ ਰੋਟੀ ਤੈਂ ਪਕਵਾ ਕੇ ਦੇਖਣੀ ਆ। ਅੱਛਾ ਵੀ ਮੈਨੂੰ ਇਹ ਡਾਂਡਾ ਮੈਂ ਪਕਵਾ ਕੇ ਲਿਆ, ਤਹੀਂ ਮਾਰਿਆ ਸਾਨੂੰ, ਮੈਂ ਪਕਵਾ ਲਿਆ ਮੈਂ ਜਰਾ। ਲਓ ਜੀ ਰੋਟੀ ਪਕਵਾਉਣ ਕਿੱਥੇ ਜਾ ਰਹੇ ਨੇ ਖੁਸ਼ੀਆ ਜੀ, ਜਿੱਥੋਂ ਇਹ ਨਕਲ ਸ਼ੁਰੂ ਕੀਤੀ ਆ, ਜਿਹੜੇ ਪੈਸੇ ਜੋੜਨ ਲੱਗੇ ਮੈਨੇ ਦੋਨੇ ਤੀਵੇਂ ਆਦਮੀ, ਉਹਨਾਂ ਨੇ ਰੋਟੀ ਖਵਾਉਣੀ ਨੀ, ਇਹਨੇ ਖਾਧੇ ਬਿਨਾਂ ਬਣਾਉਣੀ, ਤੁਹਾਡੇ ਸਾਹਮਣੇ ਪੇਸ਼ ਆਈ ਸੀ। ਗੁੜੇ ਤਾਈ ਕੋਈ ਘਰੇ ਆ? ਗੁੜੇ ਪ੍ਰਸਿੰਨੀ ਐ? ਨਹੀਂ ਮੈਂ ਤਾਂ ਪ੍ਰਸਿੰਨਾ। ਇਹ ਕਿਹੋ ਜੀ ਵਾਰੀ, ਆ ਜਾਓ ਜੀ ਦਰ ਖੁੱਲੇ ਨੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਤੈਨੂੰ ਪਛਾਣਿਆ ਨੀ। ਹੈ ਭਾਈ ਪਛਾਣਿਆ ਨੀ? ਤਾਂ ਮੈਨੂੰ ਨੈਟ ਤੇ ਦੇਖਿਆ ਨੀ। ਨਾ ਮੈਂ ਨਹੀਂ ਦੇਖੀ। ਅੱਛਾ ਹਾਂ, ਹੁਣ ਨੈਟ ਖੋਲ ਫਿਰ ਦੀ। ਤੂੰ ਹੁਣ ਆਪ ਹੀ ਦੱਸਦੇ ਸਾਹਮਣੇ ਖੜਾ ਮੇਰੇ। ਮੈਂ ਭਾਈ ਪਰਦੇਸੀ ਆ। ਫੇਰ ਮੈਂ ਕੀ ਫੂਕਣਾ ਤੈਨੂੰ? ਨਹੀਂ ਮੁਸਲਮਾਨ ਆ, ਦੱਬਦਾਂਗੇ ਨਿਕਲ ਆਉਂ। ਕੱਲ ਤੋਂ ਸਿੱਧੀ ਗੱਲ ਕਰ, ਰੋਟੀ ਖਾਣੀ ਸਾਡੇ ਤਾਂ ਆਟਾ ਨੀ, ਪ੍ਰਸ਼ਾਦ ਬਣਾ ਲਾ, ਘਿਓ ਨੀ, ਗੁਲਗੁਲੇ ਗੁਲਗੁਲੇ, ਤੇਲ ਨੀ, ਸੇਵੀਆਂ ਵੀ ਕਰ ਸਨ ਮੇਰੀ, ਮੇਰੇ ਹੱਥ ਚ ਖੁਰਪੀ, ਮੈਂ ਤਾਂ ਖੇਤ ਦੀ ਰਾਖੀ ਤੁਰਪੀ, ਭਰਾਵਾ ਮੇਰੇ ਕੋਲ ਵੇਲ ਨਹੀਂ। ਇਹ ਪਖਾਣੇ ਜੇ ਤਾਂ ਨਾ ਪਾ, 2 ਕਿਲੋ ਲਿਆ ਦੇ ਬੱਬੜ, ਇੱਥੇ ਬੈਠਾ ਬੱਟੂ ਬਾਣ, ਬਿਨਾਂ ਰੋਟੀ ਖਾਧੇ ਮੇਰਾ ਨੀ ਹੁੰਦਾ ਜਾਣ, ਰੋਟੀ ਖਾ ਕੇ ਜਾਊਂ। ਮੈਂ ਝੂਠ ਨੀ ਬੋਲਦੀ, ਸਾਡੇ ਆਟਾ ਮੈਂ ਸੱਚ ਨੀ ਬੋਲਦਾ, ਖਾ ਕੇ ਜਾਊਂ। ਸਿਆਪਾ ਹੀ ਛਿੜ ਗਿਆ ਬੇ, ਹੈ ਨੀ ਆਟਾ, ਕੀ ਕਰੀਏ? ਕਿਸੇ ਗਵਾਂਢੀਆਂ ਦੇ ਜਾਇਆ ਅੱਗੇ ਕਈ ਘਰਾਂ ਦਾ ਦੇਣਾ, ਕੋਈ ਨੀ ਜਾਇਆ, ਸ਼ਾਇਦ ਮੇਰੇ ਭਾਗਾਂ ਦਾ ਮਿਲ ਜਾ। ਚੱਲ ਠੀਕ ਆ, ਮੈਂ ਤੇਰੇ ਭਾਗ ਦੇ ਕੁੜੇ ਭੈਣੇ ਨੀ ਕੁੜੇ। ਹਾਂ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਪਹਿਲੇ ਹੀ ਗਊਸ਼ਾਲਾ ਦੀ ਵਾੜੀ ਮੈਨੂੰ ਅੱਖਾਂ ਜੀਆਂ ਕੱਢਦੀ ਹੈ। ਹਾਂ ਭੈਣੇ, ਗੱਲ ਇਹ ਆ ਵੀ ਸਾਡੇ ਇੱਕ ਮਹਿਮਾਨ ਆ ਗਿਆ। ਤੁਹਾਡੇ ਤਾਂ ਰੋਜ਼ ਹੀ ਆਇਆ ਰਹਿੰਦਾ, ਪਤਾ ਨੀ ਕੀ ਗੱਲ ਹੈ ਵੀ ਸਾਡੇ ਮਹਿਮਾਨ ਆ ਗਿਆ। ਨੀ ਤੇਰਾ ਕੀ ਲੱਗਦਾ? ਮੇਰਾ ਕੁਛ ਨੀ ਲੱਗਦਾ। ਲੈ ਹਾਂ, ਜੇ ਤੇਰਾ ਕੁਛ ਲੱਗਦਾ ਨੀ ਫਿਰ ਤੂੰ ਰੋਟੀ ਖਾ ਲੈ ਵਾਸਤੇ। ਮੈਂ ਭਾਈ ਇਹਦਾ ਫੁੱਫੜ ਲੱਗਦਾ, ਫੁੱਫੜ ਨੀ, ਉਹ ਤਾਂ ਕਹਿੰਦਾ ਮੇਰਾ ਫੁੱਫੜ ਲੱਗਦਾ। ਹੋਰ ਪੁੱਛਗਾ ਕਿਵੇਂ ਲੱਗਦਾ ਵੇ, ਫੁੱਫੜ ਕਿਵੇਂ ਲੱਗਦਾ? ਫੁੱਫੜ ਕਿਵੇਂ ਲੱਗਦਾ? ਤੂੰ ਬਣਾ ਕੇ ਦੇਖ ਲੈ। ਚੱਲ ਧੱਕੇ ਦਾ ਮੇਰੀ। ਹਾਂ ਦੱਸ ਦੇ ਵੇ, ਫੇ ਅਸੀਂ ਨੀ ਮੰਨਦੇ, ਅਸੀਂ ਨੀ ਮੰਨਦੇ। ਆਟਾ ਲੈਣਾ 5 ਕਿਲੋ ਦੇ ਤੋਂ ਪਹਿਲਾਂ ਲੈਣਾ? ਆ ਕੋਈ ਨੀ ਭਾਈ, ਆ 15 ਕਿਲੋ ਕਣਕ ਮਿਲੂਗੀ ਫੇਰ ਦੇ। ਠੀਕ ਹੈ, ਮੈਂ ਹੁਣ ਤਾਂ ਬਾਦਲ ਵਾਲੀ ਕਣਕ ਵੀ ਮਿਲਣ ਹਟ ਗਈ, ਹੁਣ ਤਾਂ ਬਾਦਲ ਵਾਲੀ ਕਣਕ ਵੀ ਮਿਲਣ ਹਟ ਗਈ। ਤੈਨੂੰ ਕੈਪਟਨ ਵਾਲੀ ਬੋਰੀ ਚ ਕੰਮ ਨੀ, ਚੰਗਾ ਪਿੱਛੇ ਢੋਲੀ ਪਈ ਯਾਰ ਸੋਇ ਚ ਤੇ ਪਾ ਕੇ ਲੈ ਜਾ। ਠੀਕ ਹੈ ਭੈਣੇ, ਜਿਉਂ ਦੀ ਰਹਿ ਤੇਰਾ ਕੁਝ ਵੇਖ ਜੀ ਘੱਟ। ਇਹ ਭਰਾਵਾ ਆ ਜਾ, 5 ਕਿਲੋ ਆਟਾ ਮਿਲ ਗਿਆ, ਸਾਰਾ ਹੀ ਗੁੰਨ ਲਾ ਵੀ ਸਾਡੇ 2-3 ਦਿਨ ਲੰਘ ਜਾਣਗੇ। ਹਾਂ 2-3 ਦਿਨ ਇੰਨਾ ਕਿੱਥੇ ਖਾ ਹੋ ਜੂ? ਨਹੀਂ ਨਹੀਂ, ਕਿਸੇ ਦੇ ਭਾਗਾਂ ਦੀ ਚੀਜ਼ ਰੱਖੀ ਨਹੀਂ। ਅੱਛਾ ਹਾਂ ਲਾ ਕੇ, ਚੱਲ ਬੈਠ ਕੇ ਲਾ ਲਾ। ਲੈ ਭਾਈ ਜਿਹਨੇ ਫੁਲਕਾ ਛਕਣਾ ਛਕ ਲਓ, ਕੱਲ ਨੂੰ ਨਾ ਕਿਹਾ ਵੀ ਖੁਸ਼ੀਆ ਕੱਲਾ ਖਾ ਗਿਆ। ਲੈ ਖਾ ਲਈ ਰੋਟੀ? ਖਾ ਲਈ। ਚੱਲ ਫਿਰ ਕਿੱਥੇ ਨੂੰ? ਕਿੱਥੋਂ ਆਇਆ?
ਮੈਂ ਭਾਈ ਜਾ ਨਹੀਂ ਸਕਦਾ। ਕਿਉਂ? ਮੈਨੂੰ ਵੱਡੇ ਡਾਕਟਰ ਨੇ ਕਿਹਾ MBBS ਨੇ ਕੀ ਕਿਹਾ, ਕਹਿੰਦਾ ਖੁਸ਼ੀਆ ਰੋਟੀ ਖਾ ਕੇ 2 ਘੰਟੇ ਰੈਸਟ ਕਰਿਆ ਕਰ, ਤੂੰ ਮੈਨੂੰ ਤੁਹਾਡਾ ਬੈਡਰੂਮ ਦੱਸ ਦਿੱਤਿਆ। ਫਿੱਟੇ ਮੂੰਹ ਉਂਗਲੀ ਫੜਦਾ ਫੜਦਾ ਵਾਹੀ ਫੜਨ ਲੱਗ ਗਿਆ ਵੀ ਇਹ ਕਰ, ਆ ਬਾਹਰ ਇੱਕ ਪਿੱਪਲ ਖੜਾ ਉੱਥੇ ਪੈਦਾ ਕੀੜੇ ਨੇ। ਮੈਂ ਤੈਨੂੰ ਸੱਚੀ ਗੱਲ ਦੱਸਾਂ, ਨਹੀਂ ਭਾਈ ਤੂੰ ਮੈਨੂੰ ਬੈਡਰੂਮ ਦੱਸ ਦੇ, ਮੈਂ 2 ਘੰਟੇ ਆਰਾਮ ਕਰੂੰਗਾ, ਬਸ ਜਿਹੜੀ ਉੱਠੂ 2:05 ਵੀ ਮੈਂ ਕਹਿਣ ਲਿਆ ਲਈ, ਮੈਂ ਤਾਂ ਰੋਟੀ ਲੈ ਕੇ ਜਾਣੀ ਸੀ, 2-1.5 ਘੰਟਾ ਲੇਟ ਹੋ ਗਈ, ਜਿਹੜਾ ਮੇਰੇ ਘਰ ਵਾਲਾ ਬਹੁਤ ਕਪੱਤਾ। ਨਾ ਤੇਰੇ ਘਰ ਵਾਲਾ ਜੇ ਕਪੱਤਾ, ਮੈਂ ਤੇਰੇ ਘਰ ਵਾਲੇ ਤੋਂ ਡਰਦਾ ਨੀ। ਕਿਉਂ? ਨਾ ਮੈਂ ਤੇਰੇ ਘਰ ਵਾਲੇ ਤੋਂ ਡਰਦਾ। ਕੀ ਗੱਲ? ਲੈ ਮੇਰੀ ਬਾਹ ਫੜ ਕੇ ਦੇਖ, ਟੁੱਟ ਜਾਣਾ ਬੁੜੀਆਂ ਨੂੰ ਬਾਹ ਫੜਾ ਦੇ, ਇੱਧਰ ਕਿਸੇ ਬੰਦੇ ਨੂੰ ਬੰਦਾ ਤਾਂ ਤੋੜ ਦੂ ਮਹਾਨੀ ਤੇਰੇ ਛਿੜਕਿਆ ਸਿਆਪਾ ਨੀ ਕੌਣਾ ਮੇਰੇ ਘਰ ਵਾਲਾ, ਨੀ ਮੈਨੂੰ ਬਚਾ ਲਾ, ਪੇਟੜ ਦੇਣਾ ਜਿੰਨੀ ਮਿੰਤਾ ਕਰਦੀ ਵੀ ਜਾ, ਨੀ ਮੈਨੂੰ ਬੂਹਾ ਖੋਲ, ਮੈਨੂੰ ਅੰਦਰ ਦੋਰਾ ਚਾਹੀਆਂ ਨੇ। ਕਮਰਾ ਬੋਲਦਾ ਜੀ ਜਿਹੜਾ ਆਪਾਂ ਨਵਾਂ ਪਾਇਆ, ਨੀ ਤੂੰ ਤਾਂ ਕਹਿੰਦੀ ਕਿ ਮੈਂ ਅੰਦਰ ਚੜੀ ਨੀ ਫਰਕ ਦਿੰਦੀ, ਕਹੇ ਅੱਜ ਤਾਂ ਪਹਾੜੀ ਕੰਮ ਫਸਿਆ ਗਿਆ, ਫਿਰ ਟੁੱਟ ਜਾਣੇ ਆ ਹੁਣ, ਫਿਰ ਮੈਨੂੰ ਬਚਾ ਭਾਈ। ਐ ਕਰ, ਇੱਥੇ ਤਾਂ ਸਾਡੇ ਹੈਗਾ ਵੱਡਾ ਗੇਟ, ਹਾਂ ਉਹ ਤੂੰ ਵੱਡਾ, ਹਾਂ ਆਹ ਛੋਟੇ ਗੇਟ ਨੂੰ ਨਿਕਲ ਜਾ, ਇੱਧਰ ਦੀ, ਹਾਂ ਭੱਜ ਜਾ, ਖੜੀ ਨਾ, ਬੇ ਕੀ ਹੋ ਗਿਆ, ਨੀ ਥੰਮਲੇ 'ਚ ਲੱਗਿਆ ਥੋੜਾ ਖਾਂਦਾ, ਟੁੱਟ ਜਾਣਾ ਜਦ ਤੱਕ ਮੈਂ, ਹੁਣ ਨੀ ਮੈਨੂੰ ਬਚਾ ਲਾ, ਹੁਣ ਕੀ ਕਰਾਂ, ਮੈਨੂੰ ਬਚਾ, ਨੀ ਬੋਲ ਥੋੜੀ ਜੀ ਨਾ, ਆ ਸਾਡੇ ਡੰਗਰਾਂ ਵਾਲੀ ਖੁੱਲੀ ਹੈ ਇੱਕ ਨੀਵੀਂ ਜੀ, ਡੰਗਰਾਂ ਵਾਲੀ ਖੁੱਲੀ, ਹਾਂ ਉਹ ਚ ਲੁਕ ਜਾ, ਖੁੱਲੀ ਚ ਪੈ ਜਾ, ਖੁੱਲੀ ਚ ਪੈ ਜਾ, ਨੀ ਮੈਨੂੰ ਕੱਟਾ ਚੱਟੂ, ਇੱਦਾਂ ਟੁੱਟ ਜਾਣਾ ਡਾਂਗ ਫਿਰੂ, ਤੂੰ ਮੈਨੂੰ ਬਚਾ, ਫਿਰ ਹੁਣ ਹੁਣ ਕੀ ਕਰਾਂ, ਇੱਕੋ ਹੀ ਹੀਲਾ, ਇੱਕੋ ਹੀ ਰਹਿ ਗਿਆ, ਐਂ ਕਰ ਸਾਡੇ ਪਰਾਲੀ ਪਈ ਹੈ ਥੋੜੀ, ਆ 11-21 ਦੀ, ਹਾਂ ਇਧਰਲੇ ਪਾਸੇ, ਅੱਛਾ ਉਹਦੇ ਵਿੱਚ ਲੁਕ ਜਾ, ਪਰਾਲੀ ਚ, ਹਾਂ ਨੀ ਕੰਦ ਲੜੂ, ਵੇ ਤੈਂ ਤਾਂ ਹੁਣ ਟਾਈਮ ਹੀ ਕੱਢਣਾ, ਪਰਾਲੀ ਚ ਲੁਕ ਜਾ, ਅੱਛਾ ਆਹੋ ਇੱਥੇ ਐਂ ਕਰ, ਮੈਂ ਉਰੇ ਬਹਿ ਜਾਣਾ, ਮੇਰੇ ਆਲੇ ਦੁਆਲੇ ਪਰਾਲੀ ਦੀਆਂ ਛੌਰੀਆਂ ਜੀਆਂ ਲਾ ਦੇ, ਠੀਕ ਹੈ ਪੋੜੀਆਂ ਜੀਆਂ ਲਾ ਦੂ, ਹਾਂ ਠੀਕ ਹੈ, ਪਰ ਇੱਕ ਗੱਲ ਹੋਰ ਆ, ਕਿਤੇ ਟੋਕਾ ਨਾ ਕਰਨ ਲੱਗ ਜਾ, ਮੈਨੂੰ ਪਤਾ ਵੀ ਤੂੰ ਵਿੱਚ ਹੈ, ਨਹੀਂ ਮੇਰੇ ਤੱਕ ਉੱਥੇ ਆਉਣਾ ਵੀ ਨਹੀਂ, ਤੇ ਕੋਈ ਨਾ ਮੈਂ, ਮੈਨੂੰ ਪਤਾ ਤੂੰ ਐ ਕਰ ਲੁਕ ਜਾ, ਬੋਲੀ ਨਾ ਪਰ, ਅੱਛਾ ਉਹ ਭਾਈ ਇੱਕ ਮਾੜੀ ਜੀ ਗੱਲ ਜੀ ਕਰਨੀ, ਕੀ ਹੋ ਗਿਆ, ਮਾੜਾ ਜਿਹਾ ਕੰਮ ਖਰਾਬ ਹੋ ਗਿਆ, ਕੀ ਹੋ ਗਿਆ, ਕੋਈ ਜਵਾਕ ਵਾਲਾ ਡਾਇਪਰ ਪਿਆ, ਥੋੜਾ ਖਾਂਦਾ ਅਗਲਾ ਕੱਲ ਟੱਪ ਕੇ ਆ ਜੂ, ਛੇਤੀ ਕਰ, ਹੁਣ ਨਾ ਬੋਲੀ, ਬੋਲੀ ਨਾ, ਆਹੋ ਜਣੇ ਮਾਰਨਾ, ਮੈਂ ਕੁੰਡਾ ਖੋਲਦੀ ਹੈ, ਬੋਲੀ ਨਾ, ਅੱਛਾ
ਬੋਲੀ ਨਾ ਹੁਣ ਲੁੱਕ ਜਾ ਮੈਨੂੰ ਸਾਹ ਲੈ ਲੈਣ ਦੀ ਕੋਈ ਨਹੀਂ ਕੋਈ ਨਹੀਂ ਆ ਜਾਓ ਜੀ ਕੁੰਡਾ ਖੁੱਲ੍ਹੇ ਹੀ ਹੈ ਨਹੀਂ ਹਰਾਮਜ਼ਾ ਜੀ ਮੈਨੂੰ 10 ਮਿੰਟ ਹੋ ਗਏ ਬਾਹਰ ਆਵਾਜ਼ਾਂ ਮਾਰਦੇ ਤਾਂ ਮੈਨੂੰ ਮੈਂ ਤੈਨੂੰ ਮਾਰਿਆ ਥੋੜਾ ਮੈਂ ਤਾਂ ਮਜ਼ਾਕ ਕਰਦਾ ਤੇਰੇ ਨਾਲ ਦੇਖ ਮੇਰੀਆਂ ਧਮਕਾਂ ਥਮਲੇ ਨਾਲ ਮੈਂ ਮਾਰੀਆਂ ਛਮਕਾਂ ਕੁੱਟੀ ਮੈਂ ਵੇਖ ਮੇਰੀ ਚਿਤਰਾਈ ਮੈਂ ਵੀ ਸੁੱਕੇ ਸੰਗੜਾਈ ਰੋਈ ਮੈਂ ਵੀ ਓ ਦੇਖ ਯਾਰ ਦਾ ਬੁੱਤਾ ਮੈਂ ਵੀ ਲੈ ਪਰਾਲੀ ਸੁੱਤਾ ਗਿਆ ਮੈਂ ਵੀ ਲਓ ਜੀ ਇਹ ਸੀ ਤੁਹਾਡੇ ਸਾਹਮਣੇ ਇੱਕ ਨਕਲ ਕਮੇਡੀ ਹੁਣ ਤੁਹਾਡੇ ਸਾਹਮਣੇ ਚਿਤਰਾ ਗਿਆ ਸਾਡੇ ਕੋਲ ਫਰਮਾਇਸ਼ ਹੈ ਸਲਵਾਰਾਂ ਦੀ ਲਓ ਜੀ ਸਲਵਾਰਾਂ ਕੀ ਤੁਹਾਡੇ ਸਾਹਮਣੇ ਹਾਂਜੀ ਸਲਵਾਰਾਂ ਕੀਤੀ ਫਰਮਾਇਸ਼ ਤੁਹਾਡੇ ਰੋਗੀ ਹਾਂਜੀ ਸਾਡੇ ਭਾਈ ਹਰਦੀਪ ਰਾਉਣੀ ਪਹਿਲਾਂ ਬਹੁਤ ਸਾਰਾ ਮਾਨ ਤੇ 500 ਰੁਪਇਆ ਹੋਰ ਮਾਨ ਕਰ ਗਿਆ ਅਸੀਂ ਹਰਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਸ਼ੁਕਰਗੁਜ਼ਾਰ ਕਿਸੇ ਤੋਂ ਪੁੱਛਣ ਲੱਗਾ ਕੈਸਾ ਭੇਸ ਵਟਾਇਆ ਕੁੜੀਆਂ ਵਾਲੇ ਬਾਣੇ ਪਾਉਣਾ ਰੱਬ ਨੇ ਮਰਦ ਬਣਾਇਆ ਭੇਸ ਵਟਾਉਣਾ ਕਿਸੇ ਲਈ ਮਜ਼ਾਕ ਕਿਸੇ ਲਈ ਹਾਸਾ ਕਿਸੇ ਨੇ ਸੋਹਣੇ ਯਾਰ ਦੀ ਖਾਤਰ ਸਲਵਾਰਾਂ ਪਾ ਲਈਆਂ ਕਿਸੇ ਨੇ ਸੋਹਣੇ ਸਾਈਆਂ ਦੀ ਖਾਤਰ ਇਹ ਪਹਿਰਾਵਾ ਪਹਿਨ ਲਿਆ ਉਹ ਜਾਣਦੇ ਜਿਨ੍ਹਾਂ ਨੇ ਸੱਜਣਾਂ ਦੀ ਖਾਤਰ ਯਾਰਾਂ ਦੀ ਖਾਤਰ ਆਪਣੇ ਸਾਈਆਂ ਦੀ ਖਾਤਰ ਇਹ ਪਹਿਰਾਵੇ ਪਹਿਨੇ ਉਹਨਾਂ ਨੂੰ ਪਤਾ ਇਹ ਪਹਿਰਾਵੇ ਦੀ ਕੀਮਤ ਕੀ ਹੈ ਕੋਈ ਕਿਸੇ ਤੋਂ ਪੁੱਛਣ ਲੱਗਾ ਕੈਸਾ ਭੇਸ ਵਟਾਇਆ ਕੁੜੀਆਂ ਵਾਲੇ ਬਾਣੇ ਪਾਉਂਦਾ ਰੱਬ ਨੇ ਮਰਦ ਬਣਾਇਆ ਇੰਨੀ ਸੁਣ ਕੇ ਚੜਿਆ ਗੁੱਸਾ ਅੱਗੇ ਉਹ ਸੱਚ ਫਰਮਾਇਆ ਉਹ ਕੀਤਾ ਜੋ ਚੰਗਾ ਲੱਗਿਆ ਮੇਰੇ ਮਨ ਨੂੰ ਪਾਇਆ ਉਹ ਪੈਰਾਂ ਦੇ ਵਿੱਚ ਗੁਰੂ ਪਾ ਕੇ ਮੱਥੇ ਤਿਲਕ ਲਗਾਇਆ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਮੱਥੇ ਤਿਲਕ ਲਗਾਇਆ ਤੈ ਕੀ ਖਟਿਆ ਬੰਦਾ ਬਣ ਕੇ ਮੈਂ ਤਾਂ ਯਾਰ ਮਨਾਇਆ ਕੀ ਲੈਣਾ ਦੁਨੀਆਦਾਰੀ ਦੇ ਕੋਲੋਂ ਕੀ ਲੈਣਾ ਦੁਨੀਆ ਨੂੰ ਖੁਸ਼ ਕਰਕੇ ਮੈਂ ਤਾਂ ਆਪਣੇ ਸਾਈਂ ਦੀ ਖਾਤਰ ਇਹ ਪਹਿਰਾਵਾ ਪਹਿਨੇ ਆ
ਜੇ ਸਾਈ ਮਿਲ ਜਾਵੇ ਤਾਂ ਸਾਰਾ ਕੁਝ ਹੀ ਬੰਦਾ ਪਾ ਲੈ। ਤੇਰੇ ਵਰਗੇ ਦੁਨੀਆਂ ਦੇ ਵਿੱਚ ਫਿਰਦੇ ਲੋਕ ਹਜ਼ਾਰਾਂ ਬੰਨ ਬੰਨ ਡਾਰਾ, ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾਂ, ਸੋਹਣੇ ਯਾਰ ਨੂੰ ਮਿਲਣ ਦੀ ਖਾਤਰ ਪਾਈਆਂ ਇਹ ਸਲਵਾਰਾਂ, ਇਹ ਸਲਵਾਰਾਂ ਤਦ ਕੋਈ ਪਾਉਂਦਾ ਜਦ ਵੀ ਮਿਲਦੀਆਂ ਹਾਰਾਂ। ਔਰਤ ਮਹੰਤ ਪਠਾਨ ਪਹਿਨਦੇ ਜਾਂ ਪੈਨਣ ਸਰਕਾਰਾਂ, ਹੋ ਪੰਜਵਾਂ ਬੰਦਾ ਪਾ ਨਹੀਂ ਸਕਦਾ ਸੱਜਦੀ ਹੈ ਇਹਨਾਂ ਚਾਰਾਂ ਦੇ। ਰਾਜ ਵੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ, ਰਾਜ ਵੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ। ਇੱਕ ਜਾਗਦਿਆਂ ਵੀ ਤੱਕਦੇ ਨਹੀਂ ਕੀ ਖਬਰ ਹੋਣੀ ਇਹ ਸੁੱਤਿਆਂ ਨੂੰ, ਇਸ਼ਕ ਕਰਾਉਂਦਾ ਸਜਦੇ ਦਰ ਤੇ ਯਾਰ ਦੇ ਬੈਠੇ ਕੁੱਤਿਆਂ ਨੂੰ। ਉਹ ਜੁੱਤੀ ਯਾਰ ਦੀ ਤਾਜ ਸਮਝਣਾ ਮੜੀ ਤਿਲੇ ਦੀਆਂ ਤਾਰਾਂ ਦੇ, ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ, ਰਾਜ ਬੜੇ ਨੇ ਡੂੰਘੇ ਸੱਜਣਾ ਪਾਈਆਂ ਇਹ ਸਲਵਾਰਾਂ ਦੇ।
ਹਾਂਜੀ ਸੋ ਸਾਰੇ ਸੰਗਤ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਆ, ਕੱਲ ਨੂੰ 6:30 ਵਜੇ ਪ੍ਰੋਗਰਾਮ ਸ਼ੁਰੂ ਕੀਤਾ ਜਾਊਗਾ। ਸੋ ਜਿੰਨਾ ਵੀ ਟਾਈਮ ਸੀ, ਜਿੰਨੀ ਕੁ ਵੀ ਹਾਜ਼ਰੀ ਤੁਹਾਡੇ ਸਾਹਮਣੇ ਅਸੀਂ ਭਰੀ ਆ, ਤੁਹਾਡੇ ਰੂਬਰੂ ਹਾਂ ਬੰਦੇ ਬਹਿ ਜਾਓ, ਕੋਈ ਗੱਲ ਨਹੀਂ, ਬੀਬੀਆਂ ਲੱਗ ਜਾਣ ਦੋ। ਹਾਂ ਭਾਈ ਬੀਬੀ ਕੱਲ੍ਹ ਨੂੰ ਪੈਸੇ ਲੈ ਕੇ ਆਇਓ। ਦੇਖੋ ਜਿਹੜੀ ਪਰਮਿਸ਼ਨ ਆਪਾਂ ਨੂੰ 10 ਵਜੇ ਥਾਈਆਂ, ਕੱਲ੍ਹ ਨੂੰ 6 ਵਜੇ ਆ ਜਾਓ ਅਤੇ ਆਪਾਂ ਪ੍ਰੋਗਰਾਮ 2.5-3 ਘੰਟੇ ਕੱਲ੍ਹ ਨੂੰ ਪੇਸ਼ ਕਰਾਂਗੇ। ਹਾਂਜੀ ਹੱਥ ਵਾਲਾ ਭੰਗਾ ਕੱਢ ਦਿਆਂਗੇ, ਵਾਹ ਜੀ ਵਾਹ। ਮੈਂ ਤਾਂ ਕਹਿੰਦਾ ਕੱਲ੍ਹ ਨੂੰ ਚਾਹੇ 3 ਵਜੇ ਤੋਂ ਰੱਖ ਲਓ। ਹਾਂਜੀ 500 ਰੁਪਇਆ ਸਾਡੇ ਪ੍ਰਵਾਨ ਜੀ ਸਰਦਾਰ ਅਮਰੀਕ ਸਿੰਘ ਜੀ ਪਾਰਟੀ ਨੂੰ ਮਾਣ ਭੇਜਦੇ ਆ, ਸਤਿਕਾਰ ਭੇਜਦੇ ਆ। ਸੋ ਅਸੀਂ ਬੜੇ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਲਓ ਇੱਕ ਗੀਤ ਸੁਣੋ, ਬੀਬੀਆਂ ਮਾਈਆਂ ਨੂੰ ਲੰਘ ਜਾਣ ਦੋ, ਅੱਲਾ ਦੇ ਵੀ ਇੱਕ ਚਿੱਤੜਾ। ਹਾਂ ਕੱਲ੍ਹ ਨੂੰ 6 ਵਜੇ ਪ੍ਰੋਗਰਾਮ ਸ਼ੁਰੂ ਕਰਾਂਗੇ ਸਾਰੇ ਸੱਜਣ, ਕੱਲ੍ਹ ਨੂੰ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ। ਹਾਂ ਲੰਘ ਜਾਣ ਦੋ, ਰਸਤੇ ਗੇਟ ਦੇ ਵਿੱਚ ਜਿਹੜੇ ਬੰਦੇ ਖੜ੍ਹੇ ਹੈਗੇ, ਮੇਰਾ ਵੀਰ ਇੱਧਰ ਨੂੰ ਹੋ ਜਾਓ, ਬੀਬੀਆਂ ਮਾਈਆਂ ਬੀਬੀ ਕੱਲ੍ਹ ਨੂੰ ਪੈਸੇ ਲੈ ਕੇ ਆਇਓ ਭੈਣ ਚੰਗਾ। ਹਾਂ ਕਿਉਂ ਆਏ, ਅੱਜ ਕੱਲ੍ਹ ਪੈਸੇ ਤੁਹਾਡੇ ਕੋਲ ਹੀ ਨੇ, ਇਹਨਾਂ ਕੋਲ ਤਾਂ ਜੇ 100-50 ਹੁੰਦਾ ਤੁਹਾਨੂੰ ਪੂਆ ਲਾ ਲੈਂਦੇ ਨੇ। ਹਾਂ ਰਸਤਾ ਛੱਡ ਦਿਓ, ਮਾਈਆਂ ਬੀਬੀਆਂ ਲੰਘ ਜਾਣ ਦਿਓ। ਸੋ ਕੱਲ੍ਹ ਨੂੰ 6 ਵਜੇ ਪ੍ਰੋਗਰਾਮ ਪੇਸ਼ ਕਰਾਂਗੇ, ਸਾਰੀ ਸੰਗਤ ਕੱਲ੍ਹ ਨੂੰ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ। ਲਓ ਇੱਕ ਚਿੱਤਰਹਾਲ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦੇ ਹਾਂ। ਚੱਲ ਹਾਂ ਲਾਸਟ ਸੌਂਗ।